ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਪਿਆਰ ਅਤੇ ਸਤਿਕਾਰ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਸਿਵਲ ਸਰਵਿਸ ਦੀ ਕਹਾਣੀ ਸੁਣਾਵਾਂਗੇ ਤੁਹਾਨੂੰ। ਕਹਾਣੀ ਐਸੀ ਕਿ ਤੁਹਾਡੇ ਲੂੰ ਕੰਡੇ ਖੜ੍ਹੇ ਹੋ ਜਾਣਗੇ। ਲਾਰਸਨ ਜਿਹੜੇ PCS ਅਫਸਰ ਹੈ ਉਹ ਸਾਡੇ ਅੱਜ ਮਹਿਮਾਨ ਹੋਣਗੇ, ਜਿਨ੍ਹਾਂ ਨੂੰ ਜ਼ਿੰਦਗੀ ਨੇ ਚੁਣੌਤੀਆਂ ਦਿੱਤੀਆਂ 12ਵੀਂ ਤੋਂ ਬਾਅਦ ਸਕੂਲ ਜਾਣ ਦਾ, ਕਾਲਜ ਜਾਣ ਦਾ ਅਤੇ ਪੜ੍ਹਨ ਦਾ ਮੌਕਾ ਜਿਹੜਾ ਫੀਲਡ ਦੇ ਵਿੱਚ ਜਾ ਕੇ ਪੜ੍ਹਾਈ ਦੇ ਨਹੀਂ ਮਿਲਿਆ। ਘਰ ਬੈਠ ਕੇ ਗ੍ਰੈਜੂਏਸ਼ਨ ਕੀਤੀ, BA ਆਪਦੀ ਕੰਪਲੀਟ ਕੀਤੀ, ਮਾਸਟਰ ਡਿਗਰੀ ਹਾਸਲ ਕੀਤੀ ਅਤੇ ਘਰ ਬੈਠ ਕੇ ਹੀ PCS ਦੀ ਜਿਹੜੀ ਤਿਆਰੀ ਕਰਕੇ PCS ਅਫਸਰ ਬਣੇ। ਇਸ ਇੰਨੀਆਂ ਕੁ ਚੁਣੌਤੀਆਂ ਦੇ ਬਾਵਜੂਦ, ਘਰੇਲੂ ਚੁਣੌਤੀਆਂ, ਸਰੀਰਕ ਚੁਣੌਤੀਆਂ ਅਤੇ ਆਲੇ ਦੁਆਲੇ ਦੀਆਂ ਚੁਣੌਤੀਆਂ ਨੂੰ ਭੰਨ ਕੇ ਇਹਨਾਂ ਨੇ ਆਪਣੇ ਆਪ ਨੂੰ PCS ਅਫਸਰ ਦੇ ਤੌਰ 'ਤੇ ਸਥਾਪਿਤ ਕੀਤਾ। ਅਤੇ ਇੱਕ ਹੋਰ ਇਹਨਾਂ ਤੋਂ ਖਾਸ ਗੱਲ ਜਿਹੜੀ ਆਪਾਂ ਅੱਜ ਸੁਣਨੀ ਹੈ, CSAT ਬੱਚਿਆਂ ਲਈ ਇੱਕ ਬਹੁਤ ਵੱਡੀ ਚੁਣੌਤੀ ਬਣੀ ਹੈ, ਹਊਆ ਬਣਿਆ ਵਾ ਪੰਜਾਬੀ ਜਿਹਨੂੰ ਕਹਿੰਦੇ ਆ। ਇਹਨਾਂ ਨੂੰ ਉਸ ਚੀਜ਼ ਦੀ ਬੜੀ ਮੁਹਾਰਤ ਮੰਨੀ ਜਾਂਦੀ ਹੈ, ਆਲੇ ਦੁਆਲੇ ਜਿੰਨੇ ਅਫਸਰ ਹੋ ਗਏ ਜਾਂ ਇਹਨਾਂ ਨੂੰ ਵਾਕਫ ਜਿਹੜੇ ਲੋਕ ਹੈ ਉਹ ਜਾਣਦੇ ਆ ਕਿ ਇਸ ਸਬਜੈਕਟ ਦੇ ਇਹ ਮਾਸਟਰ ਹੈ। ਇਹ ਕਹਾਣੀ ਵੀ ਸੁਣਾਂਗੇ, ਜ਼ਿੰਦਗੀ ਦੀ ਕਹਾਣੀ ਵੀ ਸੁਣਾਂਗੇ, ਐਗਜ਼ਾਮ ਨੂੰ ਕਿਹੜੇ ਨਜ਼ਰੀਏ ਨਾਲ ਕਿਵੇਂ ਦੇਖਦੇ ਨੇ, ਕਿਵੇਂ ਘਰ ਬੈਠ ਕੇ ਹੀ PCS ਅਫਸਰ ਬਣੇ, ਕਿਵੇਂ ਕੱਢ ਮਾਰਿਆ ਐਗਜ਼ਾਮ, ਸਭ ਤੋਂ ਪਹਿਲਾਂ ਕਰਦੇ ਸਵਾਗਤ, ਫਿਰ ਜਾਣਦੇ। ਸਵਾਗਤ ਹੈ, ਬਹੁਤ ਬਹੁਤ ਦਰਸ਼ਕਾਂ ਨੂੰ ਬਹੁਤ ਬਹੁਤ ਨਿੱਘਾ ਸਵਾਗਤ ਜੀ। ਕੀ ਹਾਲ ਹੈ ਤੁਹਾਡਾ? ਬਹੁਤ ਵਧੀਆ ਜੀ। ਆਪਾਂ ਪਾਤੜਾਂ ਬੈਠੇ ਹਾਂ, ਤੁਹਾਡਾ ਜਿਹੜਾ ਜੱਦੀ ਜੰਮੇ ਜਾਏ ਹੋ ਜਿੱਥੇ, ਐਜੂਕੇਸ਼ਨ ਦਾ ਸਫ਼ਰ ਕਿਵੇਂ ਰਿਹਾ, ਸੰਘਰਸ਼ ਦੀ ਗੱਲ ਕਿਵੇਂ ਰਹੀ? ਦੇਖੋ, ਵੈਸੇ ਤਾਂ ਜਿਹੜਾ ਸਾਡਾ ਸ਼ਹਿਰ ਹੈਗਾ ਬਹੁਤ ਛੋਟਾ ਸ਼ਹਿਰ ਹੈ, ਪੰਜਾਬ ਦੇ ਇੱਕ ਖੁੰਝੇ ਦੇ ਉੱਤੇ ਹੈਗਾ, ਹਰਿਆਣਾ ਬਾਰਡਰ ਦੇ ਨਾਲ ਟੱਚ ਕਰਦਾ ਹੈਗਾ। ਪਰ ਇੱਥੇ ਇਸ ਸ਼ਹਿਰ ਦੇ ਵਿੱਚ ਰਹਿ ਕੇ ਵੀ ਮੇਰੇ ਮਾਤਾ ਜੀ ਦਾ ਇੱਕ ਡ੍ਰੀਮ ਸੀਗਾ ਕਿ ਮੈਂ ਆਪਦੇ ਬੱਚੇ ਨੂੰ ਅੱਛੀ ਸ਼ਿਕਸ਼ਾ ਦੇਵਾਂ। ਉਹ ਚਾਹੁੰਦੇ ਸੀਗੇ ਕਿ ਮੈਂ ਕੁਛ ਜਿਹੜੇ ਬੇਸਿਕ ਸਬਜੈਕਟਸ ਹੈਗੇ ਹੈ ਉਹਦੇ ਵਿੱਚ ਅੱਛੀ ਨੀਤ ਨਾਲ ਸ਼ਿਕਸ਼ਾ ਹਾਸਲ ਕਰਾਂ। ਉਹਦਾ ਕੋਈ ਪਰਪਸ ਇਹ ਨਹੀਂ ਸੀਗਾ ਕਿ ਕੋਈ ਜੋਬ ਲੈਣੀ ਹੈ ਜਾਂ ਕੋਈ ਅੱਛਾ ਬਿਜ਼ਨਸ ਕਰਨਾ ਹੈਗਾ। ਸ਼ੀ ਜਸਟ ਵਾਂਟਿਡ ਟੂ ਮੇਕ ਮੀ ਅ ਗੁੱਡ ਪਰਸਨ। ਇੱਕ ਉਸੇ ਨੀਤ ਦੇ ਨਾਲ ਅਸੀਂ ਸਟਾਰਟ ਕੀਤਾ। ਉਸ ਤੋਂ ਬਾਅਦ ਇੱਥੇ ਪਾਤੜਾਂ ਦੇ ਵਿੱਚ ਹੀ ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹੈ, ਗੁਰਦੁਆਰੇ ਦਾ ਸਕੂਲ ਹੈਗਾ, ਉਹਦੇ ਵਿੱਚੋਂ ਮੈਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਅਤੇ ਉਸ ਤੋਂ ਬਾਅਦ ਜਿਹੜਾ +1 +2 ਹੈ ਉਹ ਸਮਾਨਾ ਵਿਖੇ ਕੀਤੀ ਮੈਂ। ਉਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਥੋੜ੍ਹੀਆਂ ਜਿਹੀਆਂ ਘਰੇਲੂ ਸਮੱਸਿਆਵਾਂ ਆ ਗਈਆਂ ਸੀ। ਸੰਘਰਸ਼ ਆ ਗਿਆ। ਮੇਰੇ ਮਦਰ ਨੂੰ ਕੈਂਸਰ ਹੋ ਗਿਆ ਸੀ, ਜਿਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਕੈਂਸਰ ਕਰਕੇ। ਉਸ ਤੋਂ 6 ਮਹੀਨੇ ਬਾਅਦ ਹੀ ਮੇਰੇ ਫਾਦਰ ਅਤੇ ਸਿਸਟਰ ਦਾ ਕਾਰ ਐਕਸੀਡੈਂਟ ਹੋ ਗਿਆ, ਜਿਹਦੇ ਵਿੱਚ ਕਿ ਮੇਰੇ ਸਿਸਟਰ ਦੀ ਡੈਥ ਹੋ ਗਈ। ਅਤੇ ਮੇਰੇ ਵਾਸਤੇ ਬਾਹਰ ਕਿਤੇ ਵੀ ਜਾ ਕੇ ਸਟੱਡੀ ਕਰਨੀ ਅਸੰਭਵ ਹੋ ਚੁੱਕੀ ਸੀਗੀ। ਉਹ ਘਰ ਖੜ ਗਿਆ ਇੱਕ ਵਾਰੀ ਅਤੇ ਮੈਂ ਫਿਰ ਆਪਦੀ ਜਿਹੜੀ ਸਾਰੀ ਜਿਹੜੀ ਪੜ੍ਹਾਈ ਹੈਗੀ ਉਹਨੂੰ ਰੋਕ ਕੇ ਇੱਕ ਵਾਰੀ ਅਤੇ ਮੈਂ ਆਪਦੇ ਘਰ ਵਾਪਸ ਆ ਗਿਆ। ਹਾਂਜੀ, ਪਰੰਤੂ ਜਿਵੇਂ ਮੇਰੇ ਮਾਤਾ ਜੀ ਨੇ ਦੱਸਿਆ ਸੀ ਪਹਿਲਾਂ ਕਿ ਪੜ੍ਹਨਾ ਜ਼ਰੂਰ ਹੈਗਾ, ਚਾਹੇ ਥੋੜ੍ਹਾ ਪੜ੍ਹੋ ਚਾਹੇ ਜ਼ਿਆਦਾ ਪੜ੍ਹੋ, ਪਰ ਚੰਗੀ ਨੀਤ ਨਾਲ ਪੜ੍ਹਨਾ, ਜਿੰਨਾ ਵੀ ਪੜ੍ਹਨਾ ਹੈਗਾ ਪੜ੍ਹਨਾ ਹੈਗਾ। ਉਸੇ ਚੀਜ਼ ਦੇ ਤਹਿਤ ਮੈਂ ਕੋਰਸਪੋਂਡੈਂਸ ਗ੍ਰੈਜੂਏਸ਼ਨ ਵਾਸਤੇ ਅਪਲਾਈ ਕਰ ਦਿੱਤਾ। ਨਾਲ ਨਾਲ ਮੈਂ ਥੋੜ੍ਹਾ ਬਹੁਤਾ ਪਾਪਾ ਦੀ ਸਪੋਰਟ ਕਰਦਾ ਰਿਹਾ ਕਿਉਂਕਿ ਫਾਦਰ ਸਾਹਿਬ ਦਾ ਵੀ ਐਕਸੀਡੈਂਟ 'ਚ ਕਾਫੀ ਬੁਰਾ ਹਾਲ ਹੋ ਗਿਆ ਸੀ, ਮਦਰ ਅਤੇ ਸਿਸਟਰ ਦੀ ਪਹਿਲਾਂ ਡੈਥ ਹੋ ਚੁੱਕੀ ਸੀ, ਫੈਮਿਲੀ ਦੇ ਵਿੱਚ ਸਿਸਟਮ ਕਾਫੀ ਅਪਸੈਟ ਚੱਲ ਰਿਹਾ ਸੀ। ਅਤੇ ਪਾਪਾ ਦੀ ਹੈਲਪ ਕਰਦੇ ਰਹੇ ਨਾਲ ਨਾਲ, ਅਤੇ ਮੈਂ ਕਰਦੇ ਕਰਦੇ ਗ੍ਰੈਜੂਏਸ਼ਨ ਦੇ ਪੇਪਰ ਜਦੋਂ ਵੀ ਆਉਂਦੇ ਸੀਗੇ ਉਹ ਦੇ ਆਉਂਦਾ ਸੀ ਜਾ ਕੇ, ਉਹਨਾਂ ਕੁ ਟਾਈਮ ਕੱਢ ਕੇ ਘਰ ਹੀ ਬਹਿ ਕੇ ਪੜ੍ਹ ਲੈਂਦੇ ਸੀ ਅਤੇ ਐਗਜ਼ਾਮ ਦੇ ਆਉਂਦੇ ਸੀ। ਕਰਦੇ ਕਰਦੇ ਜਦੋਂ ਗ੍ਰੈਜੂਏਸ਼ਨ ਹੋ ਗਈ, ਮਾਰਕਸ ਵੀ ਚਲੋ ਠੀਕ ਆ ਗਏ, ਫਿਰ ਮੇਰੇ ਦਿਮਾਗ ਦੇ ਵਿੱਚ ਮਦਰ ਦੀ ਗੱਲ ਯਾਦ ਆ ਗਈ ਵੀ ਬੱਚਾ ਐਜੂਕੇਸ਼ਨ ਤਾਂ ਲੈ ਹੀ ਲੈਣੀ ਚਾਹੀਦੀ ਹੈ, ਤੁਹਾਡੇ ਜ਼ਿੰਦਗੀ 'ਚ ਹੋਰ ਕੋਈ ਚੀਜ਼ ਕੰਮ ਆਵੇ ਚਾਹੇ ਨਾ ਆਵੇ, ਐਜੂਕੇਸ਼ਨ ਤੁਹਾਡੇ ਜ਼ਰੂਰ ਕੰਮ ਆ ਜਾਂਦੀ ਹੈ। ਮੈਂ ਉਸ ਤੋਂ ਬਾਅਦ MBA ਦਾ ਕੋਰਸਪੋਂਡੈਂਸ ਦਾ ਫੋਰਮ ਭਰਤਾ।
ਉਹ ਕਰਦੇ ਕਰਦੇ ਐਮ ਬੀ ਏ ਵੀ ਜਿਹੜੇ ਇਗਜ਼ਾਮ ਆਉਂਦੇ ਸੀਗੇ ਵਧੀਆ ਤਰੀਕੇ ਨਾਲ ਪੜ੍ਹ ਕੇ ਆਪਾਂ ਕੁਛ ਜਿੱਦਾਂ ਕੋਰਸਪੋਂਡੈਂਸ ਦੀ ਪੜ੍ਹਾਈ ਹੁੰਦੀ ਹੈ ਉਸ ਪੈਟਰਨ 'ਤੇ ਚੱਲ ਕੇ ਆਪਾਂ ਐਮ ਬੀ ਏ ਵੀ ਕਰ ਲਈ। ਇਨ ਦਾ ਮੀਨ ਟਾਈਮ ਜਿਹੜੇ ਮੇਰੇ ਫਾਦਰ ਸਾਹਿਬ ਸੀ ਉਹਨਾਂ ਦੀ ਤਬੀਅਤ ਵੀ ਹੌਲੀ ਹੌਲੀ ਬੈਟਰ ਹੋਣ ਲੱਗ ਗਈ। ਅੱਛਾ ਜੀ। ਅਤੇ ਫਿਰ ਮੈਨੂੰ ਇੱਕ ਦਿਲ ਦੇ ਵਿੱਚ ਜਿਹੜੀ ਅਲਖ ਸੀਗੀ ਕਿ ਆਪਾਂ ਸਿਵਲ ਸਰਵਿਸਿਜ਼ ਵਾਲੇ ਪਾਸੇ ਜਾਣਾ ਹੈਗਾ। ਇਹ ਇਹ ਕਿਵੇਂ ਸੀਗੀ, ਜਾ ਕਿਵੇਂ ਲੱਗਿਆ ਸੀ ਵੀ ਸਿਵਲ ਸਰਵਿਸ ਵਾਲੇ ਪਾਸੇ ਜਾਣਾ, ਕਿਉਂਕਿ ਤੁਹਾਨੂੰ ਤਾਂ ਨਾ ਕਾਲਜ ਜਾਣ ਦਾ ਮੌਕਾ ਮਿਲਿਆ ਨਾ ਕਿਸੇ ਯੂਨੀਵਰਸਿਟੀ ਜਾਣ ਦਾ ਮੌਕਾ ਮਿਲਿਆ, ਇਹ ਇਹ ਕਿੱਥੋਂ ਲੱਗੀ ਜਾਣਗੇ? ਇਹ ਮੇਰੇ ਮਦਰ ਜਿਹੜੇ ਸੀਗੇ ਉਹ ਉਹ ਚਾਹੁੰਦੇ ਸੀਗੇ ਕਿ ਜਿੰਨਾ ਮੇਰਾ ਬੱਚਾ ਇੰਟੈਲੀਜੈਂਟ ਹੈਗਾ, ਸਕੂਲ 'ਚ ਅੱਛੇ ਨੰਬਰ ਲੈ ਕੇ ਆਉਂਦਾ ਹੈਗਾ, ਘੱਟ ਪੜ੍ਹ ਕੇ ਵੀ ਅੱਛੇ ਨੰਬਰ ਲਿਆਉਂਦਾ ਹੈਗਾ, ਵੀ ਮੇਰਾ ਬੱਚਾ IAS ਬਣਨਾ ਚਾਹੀਦਾ। ਇੱਕ ਸੁਪਨਾ ਸੀ ਇਹਨਾਂ ਦਾ, ਉਹਨਾਂ ਦੇ ਦਿਲ 'ਚ ਸੁਪਨਾ ਸੀਗਾ। ਜਦੋਂ ਜਦੋਂ ਮੈਂ ਦੇਖਿਆ ਕਿ ਘਰ ਦੇ ਹਾਲਾਤ ਥੋੜ੍ਹੇ ਬਹੁਤੇ ਇੰਪਰੂਵ ਹੋਏ ਨੇ, ਥੋੜ੍ਹੇ ਜਿਹੇ ਆਪਾਂ ਸਿਖਾਲੇ ਹੋਏ ਹਾਂ, ਉਹ ਸਿਖਾਲੇ ਹੋਣ ਤੋਂ ਬਾਅਦ ਫਿਰ ਮੇਰੇ ਉਹ ਜਿਹੜਾ ਮਦਰ ਦਾ ਡਰੀਮ ਸੀਗਾ ਉਹ ਦੁਬਾਰਾ ਚੇਤੇ ਆਇਆ, ਅਤੇ ਫਿਰ ਉਸ ਵੱਲ ਮੈਂ ਸ਼ੁਰੂਆਤ ਇੱਕ ਸ਼ੁਰੂਆਤੀ ਕਦਮ ਪੁੱਟਿਆ। ਉਹ ਵੀ ਕੋਈ ਸ਼ੁਰੂਆਤੀ ਕਦਮ ਵੀ ਕੋਈ ਬਾਹਲਾ ਚੰਗਾ ਨਹੀਂ ਗਿਆ, ਕਿਉਂਕਿ ਪਾਤੜਾਂ ਦੇ ਵਿੱਚ ਹੀ ਰਹਿੰਦਾ ਸੀ ਮੈਂ ਅਤੇ ਕੋਈ ਇੱਥੇ ਕੋਚਿੰਗ ਨਹੀਂ ਸੀ ਪ੍ਰੋਪਰ। ਪਰ ਫਿਰ ਵੀ ਇੱਕ ਛੋਟੀ ਜਿਹੀ ਦੀਵੇ ਵਾਂਗੂ ਹੀ ਲਗਾ ਲਓ, ਭਾਵੇਂ ਇੱਕ ਜੋਤ ਦਿਖੀ ਇੱਥੇ ਇੱਕ ਬੱਤਰਾ ਸਵੀਟਸ ਦੇ ਉੱਤੇ। ਜਤਿਨ ਬੱਤਰਾ ਜਿਹੜੇ ਸੀਗੇ ਉਹ ਆਪਦੀ ਹਲਵਾਈ ਦੀ ਦੁਕਾਨ ਦੇ ਉੱਤੇ ਹੀ ਫਸਟ ਫਲੋਰ ਦੇ ਉੱਤੇ ਕੁਛ ਬੱਚਿਆਂ ਨੂੰ ਪੜ੍ਹਾਉਂਦੇ ਸੀਗੇ, ਟਿਊਸ਼ਨ ਪੜ੍ਹਾਉਂਦੇ ਸੀ, ਟਿਊਸ਼ਨ ਪੜ੍ਹਾਉਂਦੇ ਸੀਗੇ ਉਹ, ਅਤੇ ਬਾਈ ਚਾਂਸ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਅਤੇ ਉਹਨਾਂ ਨੇ ਬੜੀ ਸਪੀਡ ਨਾਲ ਮੇਰੀ ਤਿਆਰੀ ਕਰਾਉਣੀ ਸ਼ੁਰੂ ਕੀਤੀ। ਉਹ ਉਹ ਚੀਜ਼ ਇੱਕ ਜਿਹੜੀ ਸਟਾਰਟਿੰਗ ਇੱਕ ਬੜੀ ਜਲਦੀ ਬੜੀ ਜਲਦੀ ਸਪੀਡ ਨਾਲ ਤਿਆਰੀ ਕਰਨੀ ਸ਼ੁਰੂ ਹੋ ਗਈ, ਨਹੀਂ ਤਾਂ ਬੜੀ ਸਲੋਅ ਚੱਲਦਾ ਕੰਮ ਉਹ। ਉਸ ਚੀਜ਼ ਨੇ ਮੈਨੂੰ ਦੁਬਾਰਾ ਫਿਰ ਜਿਹੜੀ ਸਿਵਲ ਸਰਵਿਸ ਵਾਲੀ ਲਾਈਨ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਜੀ, ਜਿਸ ਦੇ ਨਾਲ ਕਿ ਮੈਂ ਉਸ ਤੋਂ ਬਾਅਦ ਫਿਰ ਆਪਾਂ ਉਸ ਤਿਆਰੀ ਨੂੰ ਘਰ ਹੀ ਕੰਟੀਨਿਊ ਕੀਤਾ। ਅੱਛਾ, ਅੱਜ ਜਦੋਂ ਤੁਸੀਂ ਸਾਰੇ ਪੀ ਸੀ ਐੱਸ ਅਫਸਰ ਬਣ ਗਏ ਹੋ, ਉਦੋਂ ਤੁਸੀਂ ਉਸ ਚੀਜ਼ ਨੂੰ ਦੇਖਦੇ ਹੋ, ਕਿਹੜੀ ਚੀਜ਼ ਸੀ ਜਿਹੜੀ ਘਰ ਬੈਠੇ ਨੇ ਗ੍ਰਹਿਣ ਕੀਤੀ ਜਾਂ ਆਪਦੇ ਕੰਮ ਕਾਜ 'ਚ ਗ੍ਰਹਿਣ ਕੀਤੀ ਜਿਹੜੀ ਇਗਜ਼ਾਮ 'ਚ ਬਹੁਤ ਹੈਲਪਫੁਲ ਰਹੀ? ਮੈਂ ਇੱਕ ਗੱਲ ਮੰਨ ਕੇ ਚੱਲਦਾ ਕਿ ਅਖਬਾਰ, ਜਿਹੜਾ ਅਖਬਾਰ ਦਾ ਪਹਿਲਾ ਅਤੇ ਆਖਰੀ ਪੰਨਾ ਸੀ, ਇਹ ਮੇਰੀ ਸ਼ੁਰੂ ਤੋਂ ਹੈਬਿਟ ਸੀ ਕਿ ਮੈਂ ਇਹ ਪੜ੍ਹਦਾ ਹੀ ਪੜ੍ਹਦਾ ਸੀ, ਪਹਿਲਾਂ ਅਤੇ ਆਖਰੀ ਪਹਿਲਾਂ ਪੜ੍ਹਦਾ ਸੀ। ਉਹ ਕੋਈ ਇਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਨਹੀਂ ਪੜ੍ਹਦਾ ਸੀ, ਵੈਸੇ ਵੈਸੇ ਰੂਟੀਨ ਦੇ ਵਿੱਚ ਕਿ ਦੇਸ਼ ਦੀ ਰਾਜਨੀਤੀ ਦੇ ਵਿੱਚ ਕੀ ਚੱਲ ਰਿਹਾ, ਦੁਨੀਆ ਦੇ ਵਿੱਚ ਕੀ ਚੱਲ ਰਿਹਾ, ਕੁਛ ਥੋੜ੍ਹਾ ਬਹੁਤਾ ਆਖਰੀ ਪੰਨੇ ਉੱਤੇ ਸਪੋਰਟਸ ਹੁੰਦਾ ਸੀਗਾ, ਅਤੇ ਜਿਵੇਂ ਉਮਰ ਘੱਟ ਹੁੰਦੀ ਹੈ ਅਤੇ ਸਪੋਰਟਸ ਦਾ ਵੀ ਥੋੜ੍ਹਾ ਚਾਅ ਹੁੰਦਾ, ਕ੍ਰਿਕਟ ਮੈਚ ਦਾ ਸਕੋਰ ਦੇਖਣਾ ਹੁੰਦਾ ਜਾਂ ਕੋਈ ਫੁੱਟਬਾਲ ਮੈਚ ਦਾ ਸਕੋਰ ਦੇਖਣਾ ਸੀ, ਉਹਦੇ ਵਾਸਤੇ ਅਖਬਾਰ ਜ਼ਰੂਰ ਪੜ੍ਹੀਦਾ ਸੀਗਾ। ਮੈਨੂੰ ਲੱਗਦਾ ਕਿ ਉਹ ਚੀਜ਼ ਨੇ ਮੈਨੂੰ ਦੇਸ਼ ਦੇ ਸਾਰੇ ਕਰੰਟ ਅਫੇਅਰਸ ਨਾਲ, ਪਿਛਲੇ 10 ਸਾਲ ਦੇ ਕਰੰਟ ਅਫੇਅਰਸ ਨਾਲ ਇਨ ਟੱਚ ਰੱਖਿਆ, ਅਤੇ ਜਦੋਂ ਮੈਂ ਇਗਜ਼ਾਮ ਦੇ ਵਿੱਚ ਬੈਠਿਆ ਤਾਂ ਮੈਨੂੰ ਉਹ ਚੀਜ਼ ਦੀ ਕੋਈ ਮੇਜਰ ਦਿੱਕਤ ਨਹੀਂ ਆਈ। ਜਦੋਂ ਸਿਵਲ ਸਰਵਿਸ ਬਾਰੇ ਆਪਾਂ ਸੋਚਦੇ ਹਾਂ, ਤੁਸੀਂ ਤਾਂ ਇੱਕ ਮਠਿਆਈ ਦੀ ਦੁਕਾਨ 'ਤੇ ਤਿਆਰੀ ਕਰਦੇ ਸੀ, ਲੋਕ ਕੋਚਿੰਗ ਲੈਂਦੇ ਆ, ਜਦੋਂ ਤੁਸੀਂ ਉਸ ਕੰਪੀਟੀਸ਼ਨ 'ਚ ਬੈਠੇ ਕਿਵੇਂ ਲੱਗਿਆ? ਫਸਟ ਅਟੈਂਪਟ 'ਚ ਹੀ ਆ ਗਿਆ ਸੀ? ਦੇਖੋ, ਮੇਰੇ ਵਾਸਤੇ ਜਦੋਂ ਮੈਂ ਪਹਿਲੀ ਵਾਰੀ ਪੀ ਸੀ ਐੱਸ ਦਾ ਇਗਜ਼ਾਮ ਦੇਣ ਗਿਆ, ਮੇਰੇ ਵਾਸਤੇ ਉਹ ਇਗਜ਼ਾਮ ਦੇਣਾ ਹੀ ਇੱਕ ਸੁਪਨੇ ਵਰਗਾ ਸੀ। ਅੱਛਾ। ਕਿਉਂਕਿ ਜਦੋਂ ਮਦਰ ਦੀ ਡੈਥ ਤੋਂ ਬਾਅਦ ਲਗਾਤਾਰ ਨਾ ਤਾਂ ਮੈਂ ਗ੍ਰੈਜੂਏਸ਼ਨ ਕਰ ਸਕਿਆ ਰੈਗੂਲਰ ਕਿਸੇ ਕਾਲਜ ਦੇ ਵਿੱਚੋਂ, ਨਾ ਪੋਸਟ ਗ੍ਰੈਜੂਏਸ਼ਨ ਕਰ ਸਕਿਆ, ਮੇਰੇ ਵਾਸਤੇ ਉਹਨਾਂ ਲੋਕਾਂ ਦੇ ਵਿੱਚ ਬਹਿ ਕੇ ਪੀ ਸੀ ਐੱਸ ਦਾ ਇਗਜ਼ਾਮ ਦੇ ਪਾਉਣਾ ਹੀ ਇੱਕ ਬਹੁਤ ਵੱਡਾ ਸੁਪਨਾ ਸੱਚ ਹੋਣ ਵਾਲੀ ਗੱਲ ਸੀ। ਪ੍ਰੀਲਿਮਸ ਕਲੀਅਰ ਹੋ ਗਿਆ, ਮੇਨਸ ਲਈ ਮੈਂ ਫਿਰ ਹੋਰ ਥੋੜ੍ਹੀ ਮਿਹਨਤ ਕੀਤੀ, ਮੇਨਸ ਵੀ ਕਲੀਅਰ ਹੋ ਗਿਆ। ਨਹੀਂ, ਮੇਨਸ ਦੇ ਵਿਚਾਲੇ ਜਦੋਂ ਮੈਨੂੰ ਤੁਸੀਂ ਦੱਸਿਆ ਸੀ ਉਦੋਂ
ਵੀ ਮੇਨਸ ਲਈ ਕੋਚਿੰਗ ਲੱਭਣ ਗਏ ਤੇ ਤੁਹਾਨੂੰ ਕੋਈ ਕੋਚਿੰਗ ਨਹੀਂ ਸੀ ਦਿੰਦਾ ਵੀ ਤੁਸੀਂ ਕਿਹੜਾ ਕਾਲਜ ਗਏ ਹੋ ਕਿਤੇ? ਇਹ ਬੜੀ ਵੱਡੀ ਦਿੱਕਤ ਆਈ ਮੈਨੂੰ ਪ੍ਰੀਲਿਮਸ। ਚਲੋ ਮੈਂ 32 ਸਵੀਟਸ ਦੇ ਉੱਤੇ ਬਹਿ ਕੇ ਸਰ ਦੀ ਗਾਈਡੈਂਸ ਦੇ ਨਾਲ ਤਿਆਰ ਕਰ ਲਿਆ। ਕੋਚਿੰਗ ਸੈਂਟਰ ਇੱਕ ਮਠਿਆਈਆਂ ਵਾਲੀ ਦੁਕਾਨ, ਮਠਿਆਈਆਂ ਵਾਲੀ ਦੁਕਾਨ ਤੇ ਬਹਿ ਕੇ ਮੈਂ ਉਹਨਾਂ ਨੇ, ਚਲੋ ਖੈਰ ਟੀਚਰ ਅੱਛੇ ਸੀਗੇ ਉਹ, ਤੇ ਅਲਟੀਮੇਟਲੀ ਐਜੂਕੇਸ਼ਨ ਜਿਹੜੀ ਹੈ ਉਹ ਮੇਰੇ ਖਿਆਲ ਨਾਲ ਕਿਸੇ ਵੀ ਬਿਲਡਿੰਗ ਜਾਂ ਕਿਸੇ ਸਕੂਲ ਜਾਂ ਕਾਲਜ ਦੀ ਮੁਤਾਬਕ। ਮੈਂ ਇਹੀ ਗੱਲ ਸਾਬਤ ਕਰਨੀ ਚਾਹੁੰਦਾ ਸੀ ਵੀ ਇਸ ਗੱਲ ਦੀ ਨਹੀਂ, ਉਹ ਇੱਕ ਤੁਹਾਨੂੰ ਜੇ ਗੁਰੂ ਚੰਗਾ ਮਿਲ ਜਾਂਦਾ ਉਹ ਕਿਤੇ ਵੀ ਗਿਆਨ, ਕਿਤੇ ਵੀ ਗਿਆਨ ਦੇ ਸਕਦਾ ਹੈਗਾ। ਤਾਂ ਮੈਨੂੰ ਲੱਗਦਾ ਵੀ ਉਹ ਮੇਰੇ ਵਾਸਤੇ ਉਹ 32 ਸਵੀਟਸ ਨਹੀਂ ਸੀ, ਮੇਰੇ ਵਾਸਤੇ ਉਹ ਇੱਕ ਮੱਕਾ ਹੀ ਸੀ, ਵਿਦਿਆ ਦਾ ਮੱਕਾ ਕਹਿ ਸਕਦੇ ਆਪਾਂ ਉਹ। ਜਦੋਂ ਮੇਨਸ ਲਿਖਣ ਵਾਸਤੇ ਲੱਭੀ ਕੋਚਿੰਗ ਤਾਂ ਕਿਵੇਂ ਰਿਹਾ ਤਜਰਬਾ? ਮੇਨਸ ਲਿਖਣ ਵੇਲੇ ਮੈਨੂੰ ਬੜੀ ਦਿੱਕਤ ਆਈ ਕਿਉਂਕਿ ਸਮਾਂ ਬੜਾ ਘੱਟ ਸੀ ਪ੍ਰੀਲਿਮਸ ਤੋਂ ਬਾਅਦ, ਅਤੇ ਫੁੱਲ ਫਲੈਜ ਕੋਈ ਮੈਂ ਕੋਈ 1.5 ਸਾਲ ਦਾ ਕੋਰਸ ਲੋਕ ਜੁਆਇਨ ਕਰਕੇ ਆਉਂਦੇ, ਦਿੱਲੀ ਬਾਜੀਰਾਮ ਜਾ ਕੇ ਆਉਂਦੇ ਹੈ, ਕੋਈ 2 ਸਾਲ ਦਾ ਕੋਰਸ ਜੁਆਇਨ ਕੀਤਾ ਹੁੰਦਾ, ਅਤੇ ਮੇਰਾ ਕੋਈ ਇੱਦਾਂ ਦਾ ਕੋਈ ਕੋਰਸ ਜੁਆਇਨ ਨਹੀਂ ਸੀ ਕੀਤਾ ਹੋਇਆ। ਮੈਂ 2 ਮਹੀਨੇ ਪਾਤਲਾਂ ਦੇ ਵਿੱਚ ਹੀ ਬਹਿ ਕੇ ਤਿਆਰੀ ਕੀਤੀ ਸੀ। ਫਿਰ ਮੈਂ 3-4 ਕੋਚਿੰਗ ਇੰਸਟੀਟਿਊਟ 'ਤੇ ਗਿਆ, ਉਹਨਾਂ ਨੇ ਪੁੱਛਿਆ ਵੀ ਤੁਸੀਂ ਕੀ ਤਿਆਰੀ ਕਰ ਚੁੱਕੇ। ਜਦੋਂ ਮੈਂ ਦੱਸਿਆ ਕਿ ਮੈਂ ਇੰਨਾ ਇੰਨਾ ਪੜ੍ਹਿਆ ਹੈਗਾ, ਤਾਂ ਉਹਨਾਂ ਨੇ ਮੈਨੂੰ ਸਪਸ਼ਟ ਜਵਾਬ ਦਿੱਤਾ ਕਿ ਅਸੀਂ ਤੁਹਾਨੂੰ ਨਹੀਂ ਪੜ੍ਹਾ ਸਕਦੇ, ਤੁਹਾਨੂੰ ਅਸੀਂ ਮੇਨਸ ਦੇ ਬੈਚ 'ਚ ਨਹੀਂ ਜੁਆਇਨ ਕਰਾਉਣਾ ਹੈਗਾ। ਮੈਂ ਕਿਹਾ ਸਰ ਵੀ ਜਿੱਥੇ ਤੁਸੀਂ ਬਾਕੀ ਬੱਚਿਆਂ ਨੂੰ ਪੜ੍ਹਾ ਰਹੇ ਹੋ ਅਤੇ ਮੈਨੂੰ ਵੀ ਪੜ੍ਹਾ ਲਿਓ, ਅਤੇ ਮੈਂ ਬੈਠਿਆ ਕਲਾਸ ਦੇਖੀ ਜਾਇਆ ਕਰੂੰਗਾ। ਉਹ ਕਹਿੰਦੇ ਜੀ ਤੁਹਾਨੂੰ ਕੁਛ ਆਉਂਦਾ ਨਹੀਂ ਹੈਗਾ ਅਤੇ ਤੁਸੀਂ ਸਾਡੀ ਬਾਕੀ ਕਲਾਸ ਨੂੰ ਡਿਸਟਰਬ ਕਰੋਗੇ। ਅੱਛਾ, ਅਤੇ ਬਾਕੀ ਬੱਚਿਆਂ ਦਾ ਮੋਰਲ ਡਾਊਨ ਹੋਊਗਾ। ਇਹ ਮੈਨੂੰ 2-3 ਟੀਚਰਸ ਨੇ ਇਹ ਗੱਲ ਕਹਿ ਕੇ ਜਵਾਬ ਦਿੱਤਾ। ਫਿਰ ਚਲੋ ਇੱਕ ਹੋਰ ਟੀਚਰ ਸੀਗੇ, ਜਦੋਂ ਪਰਮਾਤਮਾ ਨੇ ਕਿਸੇ ਦੀ ਬਾਂਹ ਫੜਨੀ ਹੁੰਦੀ ਹੈ, ਤਾਂ ਉਹਨਾਂ ਨੇ ਕਿਹਾ ਲਾਰਸਨ ਵੀ ਯਾਰ ਜੇ ਤੂੰ 2 ਮਹੀਨੇ 'ਚ ਇਹ ਕਰ ਸਕਦਾ ਹੈ ਤਾਂ ਤੇਰੇ ਕੋਲ 2 ਮਹੀਨੇ ਹੋਰ ਨੇ, ਤਿਆਰੀ ਹੋ ਜੂ, ਤੇ ਅਸੀਂ ਤੇਰੇ 'ਤੇ ਜ਼ੋਰ ਲਾਵਾਂਗੇ। ਜੇ ਤੇ 2 ਮਹੀਨੇ 'ਚ ਪਹਿਲਾਂ ਤੂੰ ਪ੍ਰੀਲਿਮ ਦੀ ਤਿਆਰੀ ਕਰ ਸਕਦਾ ਹੈ ਅਤੇ 2 ਮਹੀਨੇ ਹੋਰ ਲਾ ਕੇ ਦੇਖਦੇ ਹਾਂ ਕਿਸਮਤ ਕਿਸ ਪਾਸੇ ਕਰਵਟ ਲੈਂਦੀ ਹੈ, ਅਤੇ ਮੇਨਸ ਦੀ ਵੀ ਤਿਆਰੀ ਸ਼ੁਰੂ ਕਰ। ਜੇ ਤੇਰਾ ਪਰਮਾਤਮਾ ਨੇ ਇੰਨਾ ਸਾਥ ਦਿੱਤਾ ਹੈ ਅਸੀਂ ਤੇਰਾ ਸਾਥ ਦੇਵਾਂਗੇ, ਅਤੇ ਉਹਦੀ ਵੀ ਫਿਰ ਮੇਨਸ ਦੀ ਤਿਆਰੀ ਕੀਤੀ। ਅਤੇ ਚਲੋ ਖੈਰ ਉਹ ਵੀ ਜਿੰਨਾ ਕੁ ਸਮਾਂ ਸੀ ਮੈਂ ਰਾਤ ਦੇ 4-4 ਵਜੇ ਤੱਕ ਪੜ੍ਹਦਾ ਸੀ ਕਿਉਂਕਿ ਸਮਾਂ ਬਹੁਤ ਘੱਟ ਸੀਗਾ ਅਤੇ ਉਹਦੇ ਵਿੱਚ ਸਿਲੇਬਸ ਬਹੁਤ ਜ਼ਿਆਦਾ ਕਵਰ ਕਰਨਾ ਸੀ। ਤਾਂ ਜਨਰਲੀ ਮੇਰਾ ਜਿਹੜਾ ਟਾਈਮ ਸੀਗਾ ਉਹ ਸਵੇਰੇ 10 ਵਜੇ ਤੋਂ ਸਟਾਰਟ ਹੋ ਜਾਂਦਾ ਸੀ ਪੜ੍ਹਨ ਦਾ, ਅਤੇ ਰਾਤ ਦੇ 4-4 ਵਜੇ ਤੱਕ ਪੜ੍ਹਦੇ ਰਹਿੰਦੇ ਸੀਗੇ, ਅਤੇ ਉਹ ਵੀ ਸਮਾਂ ਜਿਹੜਾ ਸੀਗਾ ਬਹੁਤ ਚੰਗਾ ਸਮਾਂ ਸੀ। ਅਤੇ ਇੰਟਰਵਿਊ, ਚਲੋ ਬੰਦਾ ਲਿਖਣ ਵਾਲਾ ਕੰਮ ਵੀ ਹੋ ਗਿਆ, ਸਾਰੇ ਲਿਖਣ ਵਾਲੇ ਕੰਮ, ਫਿਰ ਜ਼ਿੰਦਗੀ 'ਚ ਜਿਹੜੀ ਸਿਵਲ ਸਰਵਿਸ ਦੀ ਇੱਕ ਇੰਟਰਵਿਊ, ਉਹ ਇੱਕ ਬਹੁਤ ਵੱਡੀ ਚੁਣੌਤੀ ਹੈ। ਉਹਦਾ ਤਜਰਬਾ ਕਿਵੇਂ ਰਿਹਾ ਕਿਉਂਕਿ ਤੁਸੀਂ ਸਕੂਲ ਕਾਲਜ ਨਹੀਂ ਗਏ, ਉਵੇਂ ਪੜ੍ਹਨ ਦਾ ਮੌਕਾ ਨਹੀਂ ਮਿਲਿਆ? ਦੇਖੋ ਜਿਹੜੀ ਸਿਵਲ ਸਰਵਿਸਿਜ਼ ਦਾ ਜਿਹੜਾ ਇੰਟਰਵਿਊ ਸੀਗਾ ਉਹ ਬੜੀ ਹਾਸੋਹੀਣੀ ਗੱਲ ਹੈਗੀ ਹੈ, ਮੈਂ ਦੱਸਾਂ ਜੇ ਤੁਹਾਨੂੰ। ਮੇਰੇ ਜਿਹੜਾ ਉਹਦੇ ਵਿੱਚ ਇੱਕ ਫੋਰਮ ਭਰਵਾਉਂਦੇ ਆ ਉਹ ਇੰਟਰਵਿਊ ਤੋਂ ਪਹਿਲਾਂ ਬੇਸਿਕ ਇਨਫੋਰਮੇਸ਼ਨ ਦਾ, ਉਹ 'ਚ ਹੋਬੀਜ਼ ਵਗੈਰਾ ਪੁੱਛਦੇ ਆ ਉਹ, ਅਤੇ ਜਦੋਂ ਆਪਾਂ ਕੋਈ ਐਸਾ 'ਚ ਕੋਈ ਪ੍ਰੋਪਰ ਕਦੇ ਕਾਲਜ ਨਹੀਂ ਗਏ, ਕੋਈ ਨਾ ਤਾਂ ਆਪਣੀ ਪੇਂਟਿੰਗ ਹੋਬੀ ਹੈ, ਕੋਈ ਜਿਹੜੇ ਵੱਡੇ ਸ਼ਹਿਰਾਂ ਦੇ ਬੱਚੇ ਹੁੰਦੇ ਨੇ ਉਹ ਕਹਿੰਦੇ ਵੀ ਮੇਰੀ ਗਿਟਾਰ ਵਜਾਉਣਾ ਹੋਬੀ ਹੈ, ਮੇਰੀ ਕੋਇਨਸ ਕਲੈਕਸ਼ਨ ਹੋਬੀ ਹੈ, ਮੇਰੀ ਬੁੱਕ ਰੀਡਿੰਗ ਹੋਬੀ ਹੈ, ਇੱਦਾਂ ਦੀ ਕੋਈ ਪ੍ਰੋਪਰ ਸਾਡੀ ਹੋਬੀ ਤਾਂ ਸੀਗੀ ਨਹੀਂ, ਅਤੇ ਉਹ ਹੋਬੀ ਭਰਨੀ ਜ਼ਰੂਰ ਹੁੰਦੀ ਹੈ, ਲਾਜ਼ਮੀ ਹੁੰਦੀ ਹੈ ਉਹਦੇ ਵਿੱਚ। ਅਤੇ ਮੈਨੂੰ ਕੋਈ ਸਮਝ ਨਹੀਂ ਆਇਆ ਵੀ ਕੀ ਭਰੀਏ ਆਪਾਂ, ਅਤੇ ਜੇ ਗਲਤ ਭਰਦੇ ਹਾਂ ਤਾਂ ਫਿਰ ਉਹ ਇੰਪਰੈਸ਼ਨ ਜਾਂਦਾ ਕਿ ਬੰਦਾ ਫੜ ਮਾਰ ਰਿਹਾ। ਮੈਂ ਹੋਬੀ ਉਹਦੇ 'ਚ ਪਾਤੀ ਹੈਂਗਿੰਗ ਆਊਟ ਵਿਦ ਫਰੈਂਡਸ, ਕਿ ਜਦੋਂ ਫਰੀ ਹੁੰਦੇ ਹਾਂ ਸ਼ਾਮ ਨੂੰ 4-5 ਵਜੇ ਤੋਂ ਬਾਅਦ, ਅਤੇ ਕੁਛ ਯਾਰਾਂ ਦੋਸਤਾਂ ਨੂੰ ਆਪਾਂ ਮਿਲਾਈਦਾ ਹੈਗਾ ਜਾ ਕੇ। ਅਤੇ ਉਹ ਜਿਹੜਾ ਜਦੋਂ ਫੋਰਮ ਭਰ ਚੁੱਕਿਆ ਸੀ ਆਲਰੇਡੀ ਮੈਂ, ਉਸ ਤੋਂ ਬਾਅਦ ਮੈਂ ਮੂਕ ਇੰਟਰਵਿਊ ਦੇਣ ਵਾਸਤੇ ਗਿਆ ਕੁਛ 1-2 ਇੰਸਟੀਟਿਊਟਸ ਦੇ ਉੱਤੇ, ਉਹ ਕਹਿੰਦੇ ਵੀ ਆਹ ਕੀ ਭਰ ਬੈਠੇ ਤੁਸੀਂ, ਤਾਂ ਗਲਤ ਹੋਏ ਕੰਮ, ਵੀ ਇਹ ਤਾਂ ਕੰਮ ਗਲਤ ਹੋ ਗਿਆ। ਮੈਂ ਕਿਹਾ ਸਰ ਵੀ ਹੋਰ ਕੋਈ ਮੇਰੇ ਦਿਮਾਗ, ਜਦੋਂ ਹੋਬੀ ਕੋਈ ਹੈ ਹੀ ਨਹੀਂ ਆਪਣੀ ਤਾਂ ਹੋਰ ਕੀ ਭਰਦੇ? ਕਹਿੰਦੇ ਆਪਾਂ ਹੋਬੀ ਤਿਆਰ ਕਰ ਲੈਂਦੇ ਕੋਈ 10-15 ਦਿਨ ਦੇ ਵਿੱਚ ਕੋਈ,
ਕੋਈ ਕੋਈ ਸਾਈਕਲਿੰਗ ਭਰ ਦਿੰਦੇ ਆਪਾਂ, ਕੋਈ ਸਾਈਕਲਿੰਗ ਬਾਰੇ ਤੁਹਾਨੂੰ ਸਟੱਡੀ ਕਰਾ ਦਿੰਦੇ ਆਪਾਂ, ਕੋਈ ਬੈਡਮਿੰਟਨ ਭਰ ਦਿੰਦੇ ਤੁਹਾਨੂੰ ਬੈਡਮਿੰਟਨ ਬਾਰੇ ਸਟੱਡੀ ਕਰਾ ਦਿੰਦੇ ਆਪਾਂ, ਅਤੇ ਉਹ ਹੋਬੀ ਕਹਿੰਦੇ ਤੁਹਾਡੀ, ਤੁਸੀਂ ਜਸਟੀਫਾਈ ਕਰਦੇ ਨੇ ਇੰਟਰਵਿਊ ਦੇ ਵਿੱਚ। ਮੈਂ ਕਿਹਾ ਸਰ ਉਹ ਹੋਬੀ, ਚਲੋ ਹੁਣ ਗਲਤੀ ਹੋਊਗੀ ਤਾਂ ਹੋਊਗੀ, ਪਰ ਅਲਟੀਮੇਟਲੀ ਉਸ ਚੀਜ਼ ਦਾ ਇੰਟਰਵਿਊ ਦੇ ਵਿੱਚ ਮੇਰੇ ਖਿਆਲ ਨਾਲ ਬਹੁਤ ਅੱਛਾ ਰਿਹਾ ਕਿ ਜਿਹੜੇ ਚੇਅਰਮੈਨ ਸੀਗੇ ਉਹਨਾਂ ਨੇ ਲੱਗਿਆ ਕਿ ਬੰਦਾ ਬੜਾ ਜੈਨੂਨ ਹੈਗਾ, ਇਹਨੇ ਕੋਈ ਝੂਠ ਨਹੀਂ ਮਾਰਿਆ, ਕੋਈ ਬਲੱਫ ਨਹੀਂ ਮਾਰਿਆ ਉਹਨਾਂ ਨੇ, ਜਿੰਨੇ ਸਵਾਲ ਪੁੱਛੇ ਬੜੇ ਇਮਾਨਦਾਰੀ ਨਾਲ ਜਵਾਬ ਦਿੱਤਾ ਮੈਂ, ਅਤੇ ਮੈਨੂੰ ਲੱਗਦਾ ਕਿ ਉਸ ਸਾਲ ਇੰਟਰਵਿਊ ਦੇ ਵਿੱਚ ਵੀ ਮੇਰੇ ਕਾਫੀ ਅੱਛੇ ਨੰਬਰ ਸੀਗੇ। ਮੈਂ ਪੁੱਛਣਾ ਚਾਹੂੰਗਾ ਕਿ ਇੰਟਰਵਿਊ ਦੇ ਵਿੱਚ ਜ਼ਿੰਦਗੀ 'ਚ ਜੋ ਤੁਸੀਂ ਝੱਲਿਆ, ਜੋ ਤੁਸੀਂ ਦੇਖਿਆ, ਇੰਟਰਵਿਊ 'ਚ ਉਹਨੇ ਕਿਵੇਂ ਸਾਥ ਦਿੱਤਾ, ਇੰਟਰਵਿਊ ਨੂੰ ਤੁਸੀਂ ਸਮਝਦੇ ਕੀ ਹੋ? ਸਰ ਦੇਖੋ, ਇੰਟਰਵਿਊ ਦੇ ਵਿੱਚ ਨਾ ਮੈਂ ਜ਼ਿਆਦਾ ਕੁਛ ਸੋਚਿਆ ਨਹੀਂ ਸੀਗਾ। ਸੱਚੀ ਗੱਲ ਇਹ ਹੈ ਕਿ ਮੈਂ ਇਹ ਸੋਚ ਕੇ ਗਿਆ ਸੀ ਵੀ ਲਾਰਸਨ, ਤੁਸੀਂ ਜੋ ਤੁਹਾਨੂੰ ਸਰ ਨੇ ਪੁੱਛਣਾ ਹੈਗਾ, ਚੇਅਰਮੈਨ ਸਾਹਿਬ ਨੇ, ਜੋ ਤੁਹਾਡੇ ਦਿਲ 'ਚ ਇਮਾਨਦਾਰੀ ਨਾਲ ਜੋ ਜਵਾਬ ਆਉਂਦਾ ਹੈਗਾ ਆਪਾਂ ਉਹ ਦੇਣਾ ਹੈਗਾ। ਇਹ ਹੋਬੀ ਬਾਰੇ ਪੁੱਛਿਆ ਗਿਆ? ਹੋਬੀ ਬਾਰੇ ਪੁੱਛਿਆ ਗਿਆ। ਕੀ ਰਿਹਾ ਤਜਰਬਾ? ਉਹ ਥੋੜ੍ਹਾ ਜਿਹਾ ਮਤਲਬ ਅਨਕਨਵੈਨਸ਼ਨਲ ਜਿਹਾ ਸਵਾਲ ਸੀਗਾ, ਅਤੇ ਉਹ ਕਹਿੰਦੇ ਵੀ ਤੁਸੀਂ ਮਤਲਬ ਇਹ ਕੀ ਭਰਿਆ, ਇਹ ਵੀ ਇਹ ਕੀ ਭਰਿਆ ਹੈਗਾ। ਮੈਂ ਕਿਹਾ ਸਰ ਵੀ ਛੋਟੇ ਸ਼ਹਿਰ ਦੇ ਬੰਦੇ ਹੈਗੇ ਅਸੀਂ, ਕੋਈ ਸਾਡੀ ਕੋਈ ਬਾਲੀ ਹੋਬੀਜ਼ ਨਹੀਂ ਹੈਗੀਆਂ, ਕੋਈ ਪਲੇ ਗਰਾਊਂਡ ਨਹੀਂ ਹੈਗੇ, ਉੱਥੇ ਵੀ ਅਸੀਂ ਜਾ ਕੇ ਕੁਛ ਖੇਡ ਲਈਏ ਜਾਂ ਕੁਛ ਕਰ ਲਈਏ, ਜਾਂ ਹੋ ਸਕਦਾ ਸਾਡੇ ਕੋਲ ਇੰਨਾ ਸਮਾਂ ਵੀ ਨਹੀਂ ਹੁੰਦਾ, ਛੋਟੀਆਂ ਮੰਡੀਆਂ ਦੇ ਲੋਕ ਹੈਗੇ ਹਾਂ ਅਸੀਂ, ਅਤੇ ਪਰ ਸਰ ਜਦੋਂ ਸਮਾਂ ਮਿਲਦਾ ਤਾਂ ਫਿਰ ਯਾਰਾਂ ਦੋਸਤਾਂ ਕੋਲ ਜਾ ਆਈਦਾ ਹੈਗਾ, ਕਦੇ ਗੋਲ ਗੱਪੇ ਖਾ ਆਈਦੇ ਨੇ ਚੌਂਕ 'ਚ ਖੜ ਕੇ, ਅਤੇ ਇਹੀ ਸਾਡੇ ਸ਼ੌਕ ਹੈ, ਇਹੀ ਸਾਡੇ ਸ਼ੌਕ ਹੈਗੇ। ਉਹ ਜਿਹੜੀ ਇਮਾਨਦਾਰੀ ਦਾ ਜਿਹੜਾ ਜਵਾਬ ਸੀ ਉਹ ਕੰਮ ਕਰ ਗਿਆ। ਜੀ 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 ਬਿਲਕੁਲ। ਜਦੋਂ ਤੁਸੀਂ ਸਿਲੈਕਸ਼ਨ ਹੋ ਗਈ ਜੀ ਜੀ, ਫਿਰ ਕਿਵੇਂ ਲੱਗਿਆ ਵੀ ਯਾਰ ਮੈਂ ਕਾਲਜ ਨਹੀਂ ਗਿਆ, ਕੋਚਿੰਗ ਵਾਲਿਆਂ ਨੇ ਜਵਾਬ ਦਿੱਤਾ, ਬੜੀ ਜ਼ਿੰਦਗੀ ਨੇ ਧੱਕੇ ਵੀ ਮਾਰੇ, ਜਿੱਦੇ ਪੀ ਸੀ ਐੱਸ ਦੀ ਲਿਸਟ 'ਚ ਨਾ ਆਇਆ, ਉਹਦੇ ਕਿਵੇਂ ਲੱਗਿਆ? ਉਸ ਦਿਨ ਮੈਂ ਇੱਕ ਗੱਲ ਦਿਲ 'ਚ ਠਾਣਦੀ ਸੀਗੀ ਕਿ ਇਹ ਜਿਹੜੀ ਆਪਣੀ ਸਰਵਿਸ ਹੈ ਨਾ, ਇਹਦਾ ਫਾਇਦਾ ਆਪਾਂ ਲੋਕਾਂ ਦੀ ਹੈਲਪ ਕਰਨ ਵਾਸਤੇ ਕਰਨਾ ਹੈਗਾ, ਕਦੇ ਹੰਕਾਰ ਨਹੀਂ ਲੈ ਕੇ ਆਉਣਾ ਇਸ ਚੀਜ਼ ਦਾ। ਜਦੋਂ ਪਰਮਾਤਮਾ ਨੇ ਤੁਹਾਨੂੰ ਹਰ ਇੱਕ ਚੀਜ਼ ਬਿਨਾਂ ਮੰਗੇ ਦਿੱਤੀ ਹੈ, ਕਿਆ ਬਾਤ, ਅਤੇ ਆਪਾਂ ਇਸ ਨੌਕਰੀ ਦਾ ਜਿਹੜਾ ਲੋਕਾਂ ਨੂੰ ਫਾਇਦਾ ਹੈਗਾ ਉਹ ਬਿਨਾਂ ਮੰਗੇ ਦੇਣਾ ਹੈਗਾ, ਕਿਆ ਬਾਤ। ਜਦੋਂ ਤੁਸੀਂ ਸਾਰੇ ਆਪਦੇ ਆਪ ਨੂੰ ਸਕੈਨ ਕਰਕੇ ਦੇਖਦੇ ਹੋ, ਤੁਹਾਨੂੰ ਕਿਹੜਾ ਲੱਗਦਾ ਕਿ ਕਿਹੜੀਆਂ ਚੀਜ਼ਾਂ ਤੁਹਾਨੂੰ ਇੱਥੋਂ ਤੱਕ ਲੈ ਕੇ ਆਈਆਂ? ਕਿਉਂਕਿ ਬਹੁਤ ਗਾਈਡੈਂਸ ਨਹੀਂ ਸੀ, ਮੰਡੀ ਇਹ ਕਸਬਾ ਹੈ ਨਾ, ਪਿੰਡ ਹੈ ਨਾ ਸ਼ਹਿਰ ਹੈ, ਵਿਚਾਲੜਾ ਮੇਲ ਜਾਏ, ਤਾਂ ਕਿਹੜੀਆਂ ਚੀਜ਼ਾਂ ਪਲੱਸ ਪੁਆਇੰਟ ਰਹੀਆਂ? ਇੱਕ ਤਾਂ ਮੈਨੂੰ ਲੱਗਦਾ ਕਿ ਜਿਹੜੇ ਬਚਪਨ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਮੇਰੇ ਮਦਰ ਨੇ ਮੈਨੂੰ ਲਗਾਤਾਰ 3 ਸਾਲ ਅਲੱਗ ਅਲੱਗ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਅਲੱਗ ਅਲੱਗ ਕੋਚਿੰਗ ਦਵਾਈ। ਅੱਛਾ। 1 ਸਾਲ ਤਾਂ ਉਹਨਾਂ ਨੇ ਮੈਨੂੰ 1 ਮਹੀਨਾ ਇੰਗਲਿਸ਼ ਦੀ ਕੋਚਿੰਗ 'ਤੇ ਲਗਾਤਾ, 4th-5th ਕਲਾਸ ਦੀ ਗੱਲ ਹੋਊਗੀ ਇਹ। 1 ਸਾਲ ਉਹਨਾਂ ਨੇ ਮੈਨੂੰ ਕੰਪਿਊਟਰ ਦੀ ਕੋਚਿੰਗ 'ਤੇ ਲਗਾਤਾ, ਅਤੇ 1 ਸਾਲ ਉਹਨਾਂ ਨੇ ਮੈਨੂੰ ਮੈਥਮੈਟਿਕਸ ਦੀ ਕੋਚਿੰਗ 'ਤੇ ਲਗਾਤਾ। ਬਹੁਤ ਛੋਟਾ ਹੁੰਦਾ ਸੀ ਮੈਂ, ਅਤੇ ਉਸ ਚੀਜ਼ ਨੇ ਬੇਸ ਬੜਾ ਮਜ਼ਬੂਤ ਕਰ ਦਿੱਤਾ, ਜਿਹਦੇ ਕਰਕੇ ਕਿ ਅੱਜ ਮੇਰੇ ਜਿਹੜੇ ਸਿਵਲ ਸਰਵਿਸਿਜ਼ ਜਿਹੜਾ ਐਪਟੀਟਿਊਡ ਟੈਸਟ ਹੁੰਦਾ, ਸੀ ਸੈਟ ਹੁੰਦਾ, ਉਹਦੇ ਵਿੱਚ ਵੀ ਮਾਰਕਸ ਮੇਰੇ ਅੱਜ ਤੱਕ ਉਹ ਅੱਛੇ ਹੀ ਆਉਂਦੇ ਆ ਰਹੇ ਨੇ। ਜੀ। ਸੈਕਿੰਡ ਚੀਜ਼, ਨਿਊਜ਼ ਪੇਪਰ ਰੀਡਿੰਗ ਜਿਹੜੀ ਹੈਬਿਟ ਹੈਗੀ ਹੈ, ਇਸ ਚੀਜ਼ ਨੇ ਮੈਨੂੰ ਬਹੁਤ ਅੱਗੇ ਤੱਕ ਹੈਲਪ ਕੀਤੀ, ਜਿਹੜੀ ਕਿ ਅੱਜ ਵੀ ਸ਼ੌਂਕ ਵਜੋਂ ਹੀ ਪੜ੍ਹ ਲਈਦਾ ਹੈਗਾ, ਕੋਈ ਅੱਜ ਵੀ ਕੋਈ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਨਹੀਂ ਪੜ੍ਹਦੇ ਜੀ, ਸਿਰਫ ਜਨਰਲ ਨੌਲੇਜ ਵਾਸਤੇ। ਸੀ ਸੈਟ ਦੇ ਵਿੱਚ ਤੁਹਾਨੂੰ ਬੜੀ ਮਸ਼ਹੂਰੀ ਹਾਸਲ ਹੈ, ਅਤੇ ਸਾਡੇ ਸਟੂਡੈਂਟਸ ਜਿਹੜੇ ਹੁਣ ਐਗਜ਼ਾਮ ਦੇ ਰਹੇ ਆ, ਮੋਸਟਲੀ ਵੀਡੀਓਜ਼ ਦੇ ਵਿੱਚ ਵੀ ਮੈਨੂੰ ਕੁਐਸਚਨ ਪੁੱਛਦੇ ਆ, ਸੀ ਸੈਟ ਬਾਰੇ ਪੁੱਛੋ। ਤੁਹਾਨੂੰ ਮੁਹਾਰਤ ਹਾਸਲ ਹੈ, ਤੁਹਾਨੂੰ ਇਹਦਾ ਕਿੰਗ ਜਾਣਿਆ ਜਾਂਦਾ, ਵੀ ਜਿਹੜੇ ਤੁਹਾਡੇ ਬੈਚਮੇਟਸ ਨੇ ਮੰਨਦੇ ਆ ਕਿ ਬਿਨਾਂ ਪੜ੍ਹੇ ਥੋੜ੍ਹਾ ਪੜ੍ਹੇ ਵੀ ਤੁਹਾਨੂੰ ਇਸ ਚੀਜ਼ ਦਾ ਤਜਰਬਾ, ਇਹ ਹੈ ਕੀ ਹੈ, ਹੋਊਗਾ ਕਿਵੇਂ ਬਣ ਗਿਆ? ਦੇਖੋ, ਬੇਸਿਕਲੀ ਜਿਹੜਾ ਸਿਵਲ ਸਰਵਿਸਿਜ਼ ਐਪਟੀਟਿਊਡ ਟੈਸਟ ਹੈਗਾ ਨਾ, ਸੀ ਸੈਟ, ਇਹ ਬੜਾ ਕਾਮਨ ਟੈਸਟ ਹੈ, ਬੜੀ ਜਨਰਲ ਅਵੇਅਰਨੈਸ ਚੈੱਕ ਕਰਨ ਵਾਸਤੇ, ਜਨਰਲ ਨੌਲੇਜ ਚੈੱਕ ਕਰਨ ਵਾਸਤੇ, ਜਨਰਲ ਐਪਟੀਟਿਊਡ ਚੈੱਕ ਕਰਨ ਵਾਸਤੇ ਟੈਸਟ ਹੈਗਾ ਬੇਸਿਕਲੀ ਇਹ।
ਇਹਦੇ ਵਿੱਚ ਤਿੰਨ ਤੋਂ ਚਾਰ ਕੰਪੋਨੈਂਟ ਹੁੰਦੇ ਨੇ ਪੂਰੇ ਪੇਪਰ ਦੇ ਵਿੱਚ। ਸਭ ਤੋਂ ਵੱਡਾ ਕੰਪੋਨੈਂਟ ਹੁੰਦਾ ਇੰਗਲਿਸ਼ ਕੰਪਰੀਹੈਂਸ਼ਨ ਦਾ, ਰੀਡਿੰਗ ਕੰਪਰੀਹੈਂਸ਼ਨ ਦਾ। ਸੈਕਿੰਡ ਕੰਪੋਨੈਂਟ ਹੁੰਦਾ ਥੋੜ੍ਹਾ ਜਿਹਾ ਲਾਈਟ ਮੈਥਮੈਟਿਕਸ, ਉਹਨੂੰ ਕੁਆਂਟੀਟੇਟਿਵ ਐਪਟੀਟਿਊਡ ਕਹਿ ਦਿੰਦੇ ਨੇ, ਉਹਨੂੰ ਮੈਥਮੈਟਿਕਸ ਨਹੀਂ ਕਹਿੰਦੇ ਉਹ ਆਈ ਏ ਐਸ ਦੇ ਪੇਪਰ ਦੇ ਵਿੱਚ ਜਾਂ ਪੀ ਸੀ ਐਸ ਦੇ ਪੇਪਰ ਦੇ ਵਿੱਚ। ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ ਦੋ ਸ਼ਬਦਾਂ ਦੇ ਵਿੱਚ, ਮੈਥਮੈਟਿਕਸ ਦੇ ਵਿੱਚ ਅਤੇ ਕੁਆਂਟੀਟੇਟਿਵ ਐਪਟੀਟਿਊਡ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਹੈਗਾ ਉਹ ਆਪਣਾ ਜਿਹੜਾ ਹੈਗਾ ਜਿਹੜਾ ਮੈਥਮੈਟਿਕਸ ਆਉਂਦਾ ਹੈਗਾ ਉਹਦੇ ਵਿੱਚ, ਉਹ ਮਤਲਬ ਬੜਾ ਸਿੰਪਲ ਫੋਰਮ ਦੇ ਵਿੱਚ ਆਉਂਦਾ ਹੈਗਾ। ਉਸ ਤੋਂ ਬਾਅਦ ਰੀਜ਼ਨਿੰਗ ਹੁੰਦੀ ਹੈ, ਰੀਜ਼ਨਿੰਗ ਤੋਂ ਇਲਾਵਾ ਕੁਛ ਉਹ ਬੇਸਿਕ ਕੁਸ਼ਚਨਸ ਜਿਹੜੇ ਹੈਗੇ ਨੇ, ਕੁਛ ਕੁਛ ਪੰਜ ਚਾਰ ਕੁਸ਼ਚਨ ਉਹ ਵੇਰੀਏਸ਼ਨ ਕਰਕੇ ਕੁਛ ਨਾ ਕੁਛ ਡਿਫਰੈਂਟ ਆ ਜਾਂਦੇ ਹੈਗੇ ਹਰ ਸਾਲ ਪੇਪਰ ਦੇ ਵਿੱਚ। ਜਿਹੜਾ ਕੁਆਂਟੀਟੇਟਿਵ ਐਪਟੀਟਿਊਡ ਦੇ ਕੁਸ਼ਚਨਸ ਪਾਉਂਦੇ ਨੇ ਉਹ ਬਹੁਤ ਸਿੰਪਲ ਪਾਉਂਦੇ ਨੇ। ਜਿਵੇਂ ਇੱਕ ਤੁਹਾਨੂੰ ਸਵਾਲ ਦੀ ਗੱਲ ਦੱਸਦਾ ਮੈਂ, ਕਹਿੰਦੇ ਵੀ ਤੁਸੀਂ ਮੰਨ ਲਓ ਦਿੱਲੀ ਤੋਂ ਅੰਮ੍ਰਿਤਸਰ ਜਾਣਾ ਹੈਗਾ, 240 ਕਿਲੋਮੀਟਰ ਦਾ ਰਾਹ ਹੈਗਾ, ਤੁਸੀਂ ਪਹਿਲੇ 2 ਘੰਟੇ ਗੱਡੀ 60 ਦੀ ਸਪੀਡ 'ਤੇ ਚਲਾਈ, ਉਸ ਤੋਂ ਬਾਅਦ ਤੁਸੀਂ ਅੱਧਾ ਘੰਟਾ ਕਿਤੇ ਖਾਣਾ ਖਾ ਲਿਆ, ਫਿਰ ਤੁਸੀਂ ਗੱਡੀ 120 ਦੀ ਸਪੀਡ 'ਤੇ ਚਲਾ ਲਈ, ਦੱਸੋ ਤੁਸੀਂ ਦਿੱਲੀ ਤੋਂ ਅੰਮ੍ਰਿਤਸਰ ਕਿੰਨੇ ਘੰਟੇ 'ਚ ਪਹੁੰਚੋਗੇ? ਮੇਰੇ ਖਿਆਲ ਨਾਲ ਇਸ ਚੀਜ਼ ਵਾਸਤੇ ਕਿਸੇ ਮੈਥਮੈਟਿਕਸ ਦੇ ਫਾਰਮੂਲੇ ਦੀ ਜ਼ਰੂਰਤ ਨਹੀਂ ਹੈਗੀ। ਤੁਹਾਡਾ ਦਿਮਾਗ ਦਾ ਜਿਹੜਾ ਆਪਦਾ, ਤੁਸੀਂ ਸਿੰਪਲ ਦੇਖਣਾ ਹੈਗਾ ਕਿ ਜੇ 60 ਦੀ ਸਪੀਡ 'ਤੇ ਗੱਡੀ 2 ਘੰਟੇ ਚੱਲ ਰਹੀ ਹੈ ਅਤੇ 2 ਘੰਟੇ 'ਚ 120 ਕਿਲੋਮੀਟਰ ਗੱਡੀ ਚੱਲ ਜਾਏਗੀ, ਅਤੇ ਜੇ ਅੱਧਾ ਘੰਟਾ ਲੰਚ ਕੀਤਾ ਤਾਂ ਉਹ ਅੱਧਾ ਘੰਟੇ ਦਾ ਟਾਈਮ ਐਡ ਕਰ ਦਿਉ ਉਹਦੇ ਵਿੱਚ, ਅਤੇ ਉਸ ਤੋਂ ਬਾਅਦ ਜੇ ਗੱਡੀ 120 ਦੀ ਸਪੀਡ 'ਤੇ ਚਲਾਈ ਤਾਂ ਘੰਟੇ ਦੇ ਵਿੱਚ 120 ਕਿਲੋਮੀਟਰ ਗੱਡੀ ਚੱਲ ਜਾਏਗੀ, 240 ਕਿਲੋਮੀਟਰ ਦਾ ਸਫ਼ਰ ਹੈ ਅਤੇ 3.5 ਘੰਟੇ ਦੇ ਵਿੱਚ ਗੱਡੀ ਪਹੁੰਚ ਜਾਏਗੀ। ਆਈ ਏ ਐਸ ਦੇ ਵਿੱਚ ਅਤੇ ਪੀ ਸੀ ਐਸ ਦੇ ਵਿੱਚ ਜਿਹੜਾ ਸਿਵਲ ਸਰਵਿਸਿਜ਼ ਐਪਟੀਟਿਊਡ ਟੈਸਟ ਦੇ ਕੁਸ਼ਚਨਸ ਨੇ ਉਹ ਜ਼ਿਆਦਾ ਟਫ ਨਹੀਂ ਪੁੱਛਦੇ। ਅਸੀਂ ਤਿਆਰੀ ਜ਼ਿਆਦਾ ਟਫ ਨਹੀਂ ਕਰਦੇ, ਆਪਾਂ ਤਿਆਰੀ ਜ਼ਿਆਦਾ ਫਾਰਮੂਲੇ ਰੱਖ ਕੇ ਚਲੇ ਜਾਂਦੇ ਹਾਂ, ਜਦੋਂ ਕਿ ਫਾਰਮੂਲਾ ਉੱਥੇ ਕੰਮ ਆਉਣ ਲਈ ਸਮਾਂ ਨਹੀਂ ਹੁੰਦਾ। ਪੇਪਰ ਲੈਂਦੀ ਹੁੰਦਾ, ਸਮਾਂ ਘੱਟ ਹੁੰਦਾ, ਤੁਸੀਂ ਫਾਰਮੂਲੇ ਦੇ ਹਿਸਾਬ ਨਾਲ ਕੈਲਕੂਲੇਟ ਕਰਨ ਲੱਗ ਜਾਂਦੇ ਹੋ ਜਦੋਂ ਕਿ ਫਾਰਮੂਲੇ ਦੀ ਜ਼ਰੂਰਤ ਨਹੀਂ ਹੁੰਦੀ ਉਹਦੇ ਵਿੱਚ। ਸਪੋਜ਼ ਕਰ ਲਓ ਇੱਕ ਤੁਹਾਨੂੰ ਕੁਸ਼ਚਨ ਪਾ ਦਿੰਦੇ ਉਹ ਕਿ ਇੱਕ 100 ਫੁੱਟ ਦੀ ਵਾਹੀ ਦਾ ਪਲਾਟ ਹੈਗਾ ਚੌਰਸ, ਠੀਕ ਹੈ, ਉਹਦੇ 'ਤੇ ਤੁਸੀਂ 2 ਵਾਰੀ ਕੰਡੇ ਵਾਲੀ ਤਾਰ ਫੇਰਨੀ ਹੈ, ਕਿੰਨੇ ਫੁੱਟ ਤਾਰ ਲੱਗ ਜਾਏਗੀ? ਹੁਣ 100 ਫੁੱਟ ਦੀ ਵਾਹੀ ਹੈਗੀ ਹੈ ਇੱਕ ਚੌਰਸ ਪਲਾਟ ਦੀ, ਉਹ ਪਤਾ ਵੀ ਇੱਕ ਪਲਾਟ ਦੀਆਂ 4 ਵਾਹੀਆਂ ਹੁੰਦੀਆਂ ਨੇ, 100 ਫੁੱਟ ਦੀਆਂ 4 ਵਾਹੀਆਂ ਹੋਣਗੇ, 400 ਫੁੱਟ ਹੋ ਗਿਆ, 2 ਵਾਰੀ ਕੰਡੇ ਵਾਲੀ ਤਾਰ ਫੇਰਨੀ ਹੈ ਤੁਸੀਂ, 800 ਹੋ ਗਿਆ, 800 ਫੁੱਟ ਹੋ ਗਿਆ। ਜੇ ਤੁਹਾਨੂੰ ਇੰਨੀ ਗੱਲ ਕਰਕੇ ਤੁਸੀਂ 30 ਸਕਿੰਟ ਦੇ ਵਿੱਚ ਇਹ ਹੱਲ ਕਰ ਦਿੱਤਾ ਹੈਗਾ ਅਤੇ ਟਿੱਕ ਲਗਾ ਤਾ, ਤੁਹਾਨੂੰ 2.5 ਨੰਬਰ ਤੁਹਾਨੂੰ ਮਿਲ ਗਏ ਕੁਸ਼ਚਨ ਦੇ ਵਿੱਚ। ਜੇ ਤੁਸੀਂ ਫਾਰਮੂਲਾ ਲਾਓਗੇ ਕਿ ਜਿਹੜਾ ਉਹ ਪੈਰੀਮੀਟਰ ਦਾ ਫਾਰਮੂਲਾ ਲਗਾਓਗੇ ਕਿ 4 × A ਕਰੋ ਜੀ, ਫਿਰ 2 ਕਰੋ ਜੀ, ਅਤੇ ਉਹ ਬੜਾ ਲੰਬਾ ਪ੍ਰੋਸੈਸ ਹੈਗਾ। ਯਾਨੀ ਇਹ ਇੰਨੀ ਕਹਾਣੀ ਹੈ ਵੀ ਤੁਹਾਡੇ ਜੋ ਰੋਜ਼ਾਨਾ ਜ਼ਿੰਦਗੀ 'ਚ ਤੁਹਾਨੂੰ ਕੁਛ ਫੈਸਲੇ ਲੈਣੇ ਪੈਂਦੇ, ਜਿਹੜੇ ਹਿਸਾਬ ਕਿਤਾਬ ਹੈਗਾ ਉਹੀ ਹੁੰਦੇ ਸਵਾਲ। ਪਿੱਛੇ ਜੇ ਇੱਕ ਕੁਸ਼ਚਨ ਆਇਆ ਪੇਪਰ ਦੇ ਵਿੱਚ ਕਿ 40,000 ਰੁਪਏ ਦੀ MRP ਦਾ TV ਹੈ, ਉਹਦੇ ਉੱਤੇ 25% ਡਿਸਕਾਊਂਟ ਹੈ, ਅਤੇ ਜੇ ਤੁਸੀਂ ਕ੍ਰੈਡਿਟ ਕਾਰਡ ਰਾਹੀਂ ਪੇ ਕਰਦੇ ਹੋ ਤਾਂ 10% ਕੈਸ਼ਬੈਕ ਆਉਂਦਾ। ਇਹ ਆਈ ਐਸ ਦੇ ਪੇਪਰ ਦਾ ਕੁਸ਼ਚਨ ਹੈ, ਠੀਕ ਹੈ, ਕਿ ਤੁਸੀਂ ਜੇ 40,000 ਰੁਪਏ ਦੇ TV ਦੀ MRP ਹੈ ਅਤੇ 25% ਡਿਸਕਾਊਂਟ ਕਰਕੇ 30,000 ਰੁਪਏ ਦਾ ਰਹਿ ਗਿਆ, ਉਹਦੇ 'ਤੇ 10% ਕੈਸ਼ਬੈਕ ਆ ਜਾਏਗਾ, 3,000 ਰੁਪਏ ਕੈਸ਼ਬੈਕ ਆ ਜਾਏਗਾ, 27,000 ਰੁਪਏ ਦਾ TV ਹੈ। ਹੁਣ ਇਹਦੇ ਵਾਸਤੇ ਤੁਸੀਂ ਕਿਹੜਾ ਫਾਰਮੂਲਾ ਲਗਾਓਗੇ? ਯਾਨੀ ਇਹੀ ਹਊਆ ਬਣਿਆ ਹੋਇਆ, ਇਹ ਲੋਕਾਂ ਨੇ ਸਿਵਲ ਸਰਵਿਸਿਜ਼ ਐਪਟੀਟਿਊਡ ਟੈਸਟ ਨੂੰ ਹਊਆ ਬਣਾ ਰੱਖਿਆ। ਜਿਹੜੀ ਰੀਡਿੰਗ ਕੰਪਰੀਹੈਂਸ਼ਨ ਆਉਂਦੀ ਹੈ ਇੰਗਲਿਸ਼ ਦੇ ਵਿੱਚ ਜਿਹੜੀ ਹੈਗੀ ਹੈ, ਉਹ ਥੋੜ੍ਹੀ ਜਿਹੀ ਉਹ ਤੁਹਾਡੀ ਨੌਲੇਜ ਨੂੰ ਚੈੱਕ ਕਰਨ ਵਾਸਤੇ ਪੁੱਛਦੇ ਨੇ, ਤੁਹਾਡੀ ਅੰਡਰਸਟੈਂਡਿੰਗ ਨੂੰ ਚੈੱਕ ਕਰਨ ਵਾਸਤੇ ਕੁਸ਼ਚਨ ਪੁੱਛਦੇ ਨੇ। ਜਿਹੜੀ ਰੀਡਿੰਗ ਕੰਪਰੀਹੈਂਸ਼ਨ ਹੈ ਉਹਦੇ ਵਿੱਚ ਆਪਾਂ ਦੇਖੋ, ਤੁਸੀਂ ਜੇ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨ ਚੱਲੇ ਹੋ ਤਾਂ ਤੁਸੀਂ ਇਹ ਐਕਸਪੈਕਟ ਤਾਂ ਨਹੀਂ ਕਰ ਸਕਦੇ ਤੁਹਾਨੂੰ 7ਵੇਂ 8ਵੇਂ ਲੈਵਲ ਦਾ ਉਹ ਸਵਾਲ ਪੁੱਛਣਗੇ। ਇਹ ਤਾਂ ਨਹੀਂ ਪੁੱਛਣਗੇ ਉਹ ਕਿ ਤੁਹਾਨੂੰ
ਕਿ ਅਕਬਰ ਨੇ 1550 ਤੋਂ ਲੈ ਕੇ 1600 ਤੱਕ ਰਾਜ ਕੀਤਾ, ਔਰੰਗਜ਼ੇਬ ਨੇ ਇੰਨੇ ਤੋਂ ਇੰਨੇ ਤੱਕ ਰਾਜ ਕੀਤਾ, ਇਹਨੇ ਇੰਨੇ ਤੋਂ ਇੰਨੇ ਤੱਕ ਰਾਜ ਕੀਤਾ, ਅਤੇ ਦੱਸੋ ਵੀ ਅਕਬਰ ਨੇ ਕਦੋਂ ਤੱਕ ਰਾਜ ਕੀਤਾ? ਉਹ ਤਾਂ ਸਟੇਟਮੈਂਟ ਦੇ ਵਿੱਚ ਕਲੀਅਰਲੀ ਲਿਖਿਆ ਪਿਆ ਹੈਗਾ, ਦਿਸ ਇਜ਼ ਅ ਫੈਕਚੁਅਲ ਥਿੰਗ। ਉਹ ਤਾਂ ਨਹੀਂ ਤੁਹਾਨੂੰ ਆਈ ਏ ਐੱਸ ਦੇ ਜਾਂ ਪੀ ਸੀ ਐੱਸ ਦੇ ਇਗਜ਼ਾਮ ਦੇ ਵਿੱਚ ਪੁੱਛਣਗੇ, ਥੋੜ੍ਹਾ ਜਿਹਾ ਐਨਾਲਿਟੀਕਲ ਕੁਸ਼ਚਨ ਪੁੱਛਦੇ ਨੇ ਉਹ। ਤੁਸੀਂ ਇੱਕੋ ਪੈਰਾਗ੍ਰਾਫ ਨੂੰ ਦੂਜੀ ਵਾਰ ਪੜ੍ਹਨਾ ਹੈਗਾ, ਕੁਸ਼ਚਨ ਦੀ ਸਟੇਟਮੈਂਟ ਨੂੰ ਦੂਜੀ ਵਾਰ ਪੜ੍ਹਨਾ ਹੈ, ਅਤੇ ਤੁਸੀਂ ਆਨਸਰ ਗਲਤ ਕਰ ਹੀ ਨਹੀਂ ਸਕਦੇ। ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜੇ ਤੁਸੀਂ ਕੁਸ਼ਚਨ ਦੀ ਸਟੇਟਮੈਂਟ ਨੂੰ ਦੂਰੀ ਵਾਰ ਪੜ੍ਹ ਲਓ, ਤੁਸੀਂ ਆਨਸਰ ਗਲਤ ਨਹੀਂ ਕਰ ਸਕਦੇ। ਸਿਵਿਲ ਸਰਵਿਸਿਜ ਐਪਟੀਟਿਊਡ ਟੈਸਟ ਦੇ ਵਿੱਚ ਜਿਹੜੀ ਰੀਜ਼ਨਿੰਗ ਆਉਂਦੀ ਹੈ ਉਹ ਵੀ ਬਹੁਤ ਬੇਸਿਕ ਪੁੱਛਦੇ ਨੇ, ਉਹ ਕੁਆਂਟੀਟੇਟਿਵ ਐਪਟੀਟਿਊਡ ਬਹੁਤ ਬੇਸਿਕ ਪੁੱਛਦੇ ਨੇ। ਜੇ ਅੱਜ ਤੁਸੀਂ ਮੇਰੇ ਲਾਸਟ ਪੀ ਸੀ ਐੱਸ ਦੇ ਵਿੱਚ 200 ਦੇ ਵਿੱਚੋਂ 182 ਨੰਬਰ ਆਏ ਸੀਗੇ ਸੀ ਸੈਡ ਦੇ ਵਿੱਚ, ਵਿਚ ਇਜ਼ ਅ ਹਿਊਜ ਸਕੋਰ, ਪਰ ਜੇ ਤੁਸੀਂ ਮੈਨੂੰ ਕਹੋ ਕਿ ਤੁਸੀਂ ਆਈ ਆਈ ਟੀ ਵਾਲੇ ਕੁਸ਼ਚਨ ਪੁੱਛ ਲਓ, ਉਹਦਾ ਜਵਾਬ ਸ਼ਾਇਦ ਮੈਂ ਵੀ ਨਹੀਂ ਦੇ ਪਾਊਂਗਾ, ਕਿਉਂਕਿ ਜੋ ਐਪਟੀਟਿਊਡ ਹੈਗਾ, ਐਪਟੀਟਿਊਡ ਦਾ ਮਤਲਬ ਹੀ ਸਿਰਫ ਇੰਨਾ ਕੁ ਹੈਗਾ ਕਿ ਤੁਸੀਂ ਸਿਰਫ ਬੇਸਿਕ ਅਵੇਅਰਨੈਸ ਅਵੇਅਰਨੈਸ ਤੁਸੀਂ ਸਰਵ ਕਰਨਾ ਹੈ, ਤਾਂ ਤੁਹਾਨੂੰ ਬੇਸਿਕ ਓਵਰਆਲ ਅਵੇਅਰਨੈਸ ਚਾਹੀਦੀ, ਬੇਸਿਕ ਅੰਡਰਸਟੈਂਡਿੰਗ ਚਾਹੀਦੀ ਹੈ ਤੁਹਾਨੂੰ, ਮੈਥਮੈਟਿਕਸ ਦੀ ਬੇਸਿਕ ਕੈਲਕੂਲੇਸ਼ਨ ਤੁਹਾਨੂੰ ਕਰਨੀ ਆਉਣੀ ਚਾਹੀਦੀ ਹੈ, ਤੁਹਾਨੂੰ ਬੇਸਿਕ ਰੀਜ਼ਨਿੰਗ ਆਉਣੀ ਚਾਹੀਦੀ ਹੈ, ਤੁਹਾਨੂੰ ਬੇਸਿਕ ਇੰਗਲਿਸ਼ ਆਉਣੀ ਚਾਹੀਦੀ ਹੈ। ਤੁਸੀਂ ਇਗਜ਼ਾਮ ਨੂੰ ਕੀ ਸਮਝੋ, ਇਗਜ਼ਾਮ ਹੈ ਕੀ ਓਵਰਆਲ, ਜਿਹੜਾ ਸ਼ੁਰੂਆਤ ਤੋਂ ਲੈ ਕੇ ਇੰਟਰਵਿਊ ਤੱਕ ਇਗਜ਼ਾਮ ਨੂੰ ਤੁਸੀਂ ਕੀ ਸਮਝਿਆ ਅੱਜ ਤੱਕ, ਕਿਉਂਕਿ ਤੁਹਾਨੂੰ ਨਾ ਕੋਚਿੰਗ ਲੈਣ ਦਾ ਮੌਕਾ ਮਿਲਿਆ, ਨਾ ਤੁਹਾਨੂੰ ਪੜ੍ਹਨ ਦਾ ਮੌਕਾ ਮਿਲਿਆ, ਜ਼ਿੰਦਗੀ 'ਚ ਜੋ ਚੁਣੌਤੀਆਂ ਆਈਆਂ, ਜ਼ਿੰਦਗੀ 'ਚ ਜੋ ਦੇਖਿਆ, ਇਗਜ਼ਾਮ ਨੂੰ ਤੁਸੀਂ ਇਸ ਨਜ਼ਰੀਏ ਤੋਂ ਕਿਵੇਂ ਦੇਖਦੇ? ਦੇਖੋ, ਪਹਿਲੀ ਗੱਲ ਤਾਂ ਜਿਹੜਾ ਸਿਵਿਲ ਸਰਵਿਸਿਜ ਦੀ ਤਿਆਰੀ ਹੈ ਨਾ, ਇਹ ਕੋਈ ਐਸ ਸੱਚ ਕੋਈ ਪ੍ਰੋਪਰ ਇਗਜ਼ਾਮ ਨਹੀਂ ਹੈਗਾ। ਦੇਖਿਆ ਜਾਵੇ ਤਾਂ ਜਿਹੜਾ ਸਿਲੇਬਸ ਵੀ ਆਈ ਐੱਸ ਦੇ ਸਿਲੇਬਸ ਦੇ ਵਿੱਚ ਪਾਇਆ ਹੋਇਆ ਨਾ, ਉਹਨਾਂ ਨੇ ਲਿਖਿਆ ਕਿ ਤੁਹਾਨੂੰ ਜਨਰਲ ਅੰਡਰਸਟੈਂਡਿੰਗ ਚਾਹੀਦੀ ਹੈ ਗ੍ਰੈਜੂਏਸ਼ਨ ਲੈਵਲ ਦੀ। ਠੀਕ ਹੈ, ਉਹ ਜਨਰਲ ਅੰਡਰਸਟੈਂਡਿੰਗ ਤੋਂ ਬਾਅਦ ਤੁਸੀਂ ਉਹਨੂੰ ਕਿੱਦਾਂ ਐਕਸਟਰਾਪੋਲੇਟ ਕਰਦੇ ਹੋ, ਕਿਸ ਤਰੀਕੇ ਨਾਲ ਤੁਸੀਂ ਉਸ ਚੀਜ਼ ਨੂੰ ਐਨਾਲਾਈਜ਼ ਕਰਦੇ ਹੋ, ਉਹ ਚੀਜ਼ ਬੜੀ ਮਾਇਨੇ ਰੱਖਦੀ ਹੈ। ਇੱਕ ਬਹੁਤ ਛੋਟੀ ਜਿਹੀ ਗੱਲ ਦੱਸਦਾ ਤੁਹਾਨੂੰ ਮੈਂ ਕਿ ਪੰਜਾਬ ਦੇ ਵਿੱਚ 14,500 ਪਿੰਡ ਹੈਗੇ ਆ। ਜੇ ਤੁਹਾਨੂੰ ਫੈਕਟ ਪਤਾ ਹੈਗਾ, ਅਤੇ ਜੇ ਤੁਹਾਨੂੰ ਉਸ ਤੋਂ ਬਾਅਦ ਕੁਸ਼ਚਨ ਪੁੱਛ ਲੈਣਗੇ ਜੇ ਹਰ ਇੱਕ ਪਿੰਡ ਨੂੰ ਆਪਾਂ 1-1 ਲੱਖ ਦੀ ਗ੍ਰਾਂਟ ਦੇ ਦਈਏ, ਤਾਂ ਕਿੰਨੇ ਰੁਪਏ ਲੱਗਣਗੇ? ਬਸ ਉਸੇ 145 ਕਰੋੜ ਆ ਜਾਏਗਾ। ਜਦੋਂ 14,500 ਪਿੰਡ ਹੈਗੇ ਨੇ, ਤੁਹਾਨੂੰ ਪਤਾ ਇਸ ਗੱਲ ਦਾ, ਫੈਕਟ ਦਾ ਪਤਾ ਹੈਗਾ, ਅਤੇ ਜੇ ਤੁਹਾਨੂੰ ਇਹ ਹੋਵੇ ਕਿ ਹਰ ਇੱਕ ਪਿੰਡ ਨੂੰ 1-1 ਕਰੋੜ ਰੁਪਏ ਗ੍ਰਾਂਟ ਦੇਣੀ ਹੈ, ਤਾਂ ਕਿੰਨੇ ਰੁਪਏ ਲੱਗਣਗੇ? 14,500 ਕਰੋੜ ਰੁਪਏ ਲੱਗ ਜਾਣਗੇ। ਉਹਨਾਂ ਕੁਸ਼ਚਨਾਂ ਨੂੰ ਘੁਮਾ ਕੇ ਪੁੱਛਿਆ ਜਾਂਦਾ, ਕਹਾਣੀ ਉਹੀ ਰਹਿਣੀ ਹੈ। ਬੇਸਿਕ ਨੌਲੇਜ ਜਿਹੜੀ ਹੈਗੀ ਹੈ ਤੁਹਾਡੀ, ਬੇਸਿਕ ਅੰਡਰਸਟੈਂਡਿੰਗ ਨੂੰ ਹੀ ਆਪਾਂ ਆਨਸਰਸ ਦੇ ਵਿੱਚ ਲਿਖਣਾ ਹੈਗਾ, ਅਤੇ ਮੇਰੇ ਖਿਆਲ ਨਾਲ ਇਹੀ ਸਿਵਿਲ ਸਰਵਿਸਿਜ਼ ਹੈ। ਤੁਹਾਡੀ ਸਿਲੈਕਸ਼ਨ ਹੋਣ ਤੋਂ ਬਾਅਦ ਵੀ, ਤੁਸੀਂ ਸਰਵਿਸ ਜੁਆਇਨ ਕਰਨ ਤੋਂ ਬਾਅਦ ਵੀ ਇਹੀ ਸਿਵਿਲ ਸਰਵਿਸਿਜ਼ ਹੈ। ਪੀ ਸੀ ਐੱਸ ਅਤੇ ਜਿਹੜਾ ਯੂ ਪੀ ਐੱਸ ਸੀ ਦਾ ਕੀ ਕੰਪੈਰੀਜ਼ਨ ਹੈ ਆਪਸ ਵਿੱਚ, ਕੀ ਸੁਮੇਲ ਹੈ ਇਹਦਾ? ਪੀ ਸੀ ਐੱਸ ਅਤੇ ਆਈ ਏ ਐੱਸ ਦੇ ਜਿਹੜਾ ਨੌਲੇਜ ਬੇਸ ਚਾਹੀਦਾ ਤੁਹਾਨੂੰ, ਉਹ ਲਗਭਗ ਸਿਮਿਲਰ ਚਾਹੀਦਾ ਹੈ। ਪਿਛਲੇ ਕੁਝ ਸਾਲਾਂ ਤੋਂ ਪੀ ਪੀ ਐੱਸ ਸੀ ਨੇ ਐਗਜ਼ਾਮ ਦਾ ਸਟੈਂਡਰਡ ਇੰਨਾ ਕੁ ਅੱਛਾ ਕਰ ਦਿੱਤਾ ਹੈਗਾ, ਕਰਪਸ਼ਨ ਬਿਲਕੁਲ ਹੀ ਖਤਮ ਕਰ ਦਿੱਤੀ ਹੈਗੀ ਹੈ, ਅਤੇ ਸਾਰੇ ਬੱਚਿਆਂ ਵਾਸਤੇ, ਸਾਰੇ ਵਿਦਿਆਰਥੀਆਂ ਵਾਸਤੇ ਇੱਕ ਲੈਵਲ ਪਲੇਇੰਗ ਫੀਲਡ ਦੇ ਦਿੱਤਾ ਹੈਗਾ, ਜਿਹਦੇ ਨਾਲ ਕਿ ਆਪਾਂ ਇਹ ਵੀ ਦੇਖਿਆ ਕਿ ਕਿੰਨੇ ਬੰਦੇ ਜਿਹੜੇ ਪੀ ਸੀ ਐੱਸ 'ਚ ਸਿਲੈਕਟ ਹੁੰਦੇ ਨੇ, ਉਹੀ ਬੱਚੇ ਅੱਗੇ ਜਾ ਕੇ ਆਈ ਏ ਐੱਸ 'ਚ ਸਿਲੈਕਟ ਹੋ ਜਾਂਦੇ ਨੇ। ਇਹਦਾ ਮਤਲਬ ਜਿਹੜਾ ਐਗਜ਼ਾਮ ਦਾ ਲੈਵਲ ਹੈ ਉਹਦਾ ਸੇਮ ਹੈ, ਬਰਾਬਰ ਆ ਗਿਆ, ਬਰਾਬਰ ਆ ਗਿਆ ਹੈ। ਪੀ ਸੀ ਐੱਸ ਦੇ ਇਗਜ਼ਾਮ ਨੂੰ ਆਪਾਂ ਕੋਈ ਆਈ ਏ ਐੱਸ ਦੇ ਇਗਜ਼ਾਮ ਤੋਂ ਘੱਟ ਨਹੀਂ ਆਖ ਸਕਦੇ ਹੈਗੇ, ਪਰੰਤੂ ਫਿਰ ਵੀ ਪੀ ਸੀ ਐੱਸ ਦੇ ਇਗਜ਼ਾਮ ਦੇ ਵਿੱਚ ਇੱਕ ਐਕਸਟਰਾ ਪੁਆਇੰਟ ਇਹ ਹੈ ਕਿ ਇਹਦੇ ਵਿੱਚ ਪੰਜਾਬ ਦੀ ਨੌਲੇਜ ਚਾਹੀਦੀ ਹੁੰਦੀ ਹੈ,
ਅਤੇ ਥੋੜ੍ਹਾ ਜਿਹਾ ਪੰਜਾਬੀ ਦੀ ਨੌਲੇਜ ਵੀ ਜ਼ਿਆਦਾ ਚਾਹੀਦੀ ਹੁੰਦੀ ਹੈ, ਜਿਹਦੇ ਨਾਲ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਐਜ ਮਿਲਦਾ ਹੈਗਾ, ਜੋ ਕਿ IAS ਦੇ ਐਗਜ਼ਾਮ 'ਚ ਥੋੜ੍ਹਾ ਜਿਹਾ ਐਜ ਘੱਟ ਮਿਲਦਾ ਹੈ। ਭਾਸ਼ਾ ਦਾ, ਭਾਸ਼ਾ ਨੂੰ ਕਿੰਨੀ ਕੁ ਸਮੱਸਿਆ ਸਮਝਦੇ ਤੁਸੀਂ? ਹੁਣ ਤਾਂ ਹੋ ਗਿਆ, ਜਿਹੜੀ ਮਰਜ਼ੀ ਭਾਸ਼ਾ ਹੀ ਦੇ ਦਿਓ, ਕੋਈ ਦਿੱਕਤ ਵਾਲੀ ਗੱਲ ਨਹੀਂ, ਜਿਹੜਾ ਮਰਜ਼ੀ ਟੈਸਟ, ਚਾਹੇ ਮਤਲਬ UPSC ਦਾ ਵੀ। ਜਿਹੜੀ ਅੱਛਾ ਕੰਟੈਂਟ ਹੈਗਾ, ਅੱਛੀਆਂ ਬੁੱਕਸ ਹੈਗੀਆਂ, ਉਹਦੇ ਵਿੱਚ ਥੋੜ੍ਹਾ ਜਿਹਾ ਅੱਜ ਵੀ ਆਪਣੀ ਪੰਜਾਬੀ ਭਾਸ਼ਾ ਥੋੜ੍ਹੀ ਜਿਹੀ ਪਛੜ ਰਹੀ ਹੈ। ਜਾਣੀ ਕਿ ਜਿਹੜਾ ਮਟੀਰੀਅਲ ਹੈ ਉਹ ਪੰਜਾਬੀ 'ਚ ਘੱਟ ਉਪਲਬਧ ਹੈ, ਪੰਜਾਬੀ 'ਚ ਘੱਟ ਉਪਲਬਧ ਹੈ। ਇਹੀ ਸਮੱਸਿਆ ਵੈਸੇ ਤਾਂ ਤੁਸੀਂ ਕਿਸੇ ਭਾਸ਼ਾ, ਵੈਸੇ ਕਿਸੇ ਵੀ ਭਾਸ਼ਾ 'ਚ ਦੇ ਦਿਓ, ਰਾਦਰ ਪੰਜਾਬ PCS ਦੇ ਵਿੱਚ ਉਹ ਲੋਕ ਜਿਹੜੇ PPSC ਮੈਂਬਰਸ ਹੈਗੇ ਹੈ ਜਾਂ ਐਗਜ਼ਾਮੀਨਰਸ ਹੈਗੇ ਹੈ, ਉਹ ਇਹ ਚੀਜ਼ ਲਾਈਕ ਕਰਦੇ ਨੇ ਕਿ ਬੱਚਾ ਆਵੇ, ਪੰਜਾਬੀ ਦੇ ਵਿੱਚ ਹੀ ਪ੍ਰੀਲਿਮਸ ਦੇਵੇ, ਪੰਜਾਬੀ 'ਚ ਹੀ ਮੇਨਸ ਦੇਵੇ, ਪੰਜਾਬੀ ਦੇ ਵਿੱਚ ਹੀ ਇੰਟਰਵਿਊ ਦੇਵੇ ਅਤੇ ਪੰਜਾਬ ਦੇ ਵਿੱਚ ਹੀ ਸਰਵ ਕਰੇ, ਉਹ ਇਸ ਚੀਜ਼ ਨੂੰ ਪ੍ਰੈਫਰ ਕਰਦੇ ਨੇ। ਪਰ ਅਲਟੀਮੇਟਲੀ ਕਿਤੇ ਨਾ ਕਿਤੇ ਜਾ ਕੇ ਉਹ ਕਮੀ ਵੈਸੇ ਹੁਣ ਪੂਰੀ ਹੋ ਰਹੀ ਹੈ, ਕਾਫੀ ਕੋਚਿੰਗ ਇੰਸਟੀਟਿਊਟ ਹੈਗੇ ਪੰਜਾਬ ਦੇ ਵਿੱਚ ਜਿਹੜੇ ਕਿ ਮਟੀਰੀਅਲ ਦਾ ਜਿਹੜਾ ਤਰਜਮਾ ਹੈਗਾ ਉਹ ਪੰਜਾਬੀ ਦੇ ਵਿੱਚ ਬਹੁਤ ਅੱਛੇ ਤਰਜਮੇ ਉਪਲਬਧ ਹੋ ਰਹੇ ਨੇ, ਪਰੰਤੂ ਫਿਰ ਵੀ ਕਿਤੇ ਨਾ ਕਿਤੇ 5-10% ਹਲੇ ਉਹ ਪਛੜਦੀ ਹੈ, ਅਤੇ ਜਿਹੜੀ ਕਿ ਇੰਪਰੂਵ ਕਰਨ ਦੀ ਜ਼ਰੂਰਤ ਵੀ ਹੈ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਨ ਲਈ। ਅਤੇ ਆਖਰੀ ਸਵਾਲ ਹੈ ਮੇਰਾ ਜੀ, ਬੱਚੇ ਸਵਾਲ ਮੈਨੂੰ ਕਰਦੇ ਰਹਿੰਦੇ ਆ ਕਿ +2 ਚੋਂ ਤਿਆਰੀ ਕਰੀਏ, ਗ੍ਰੈਜੂਏਸ਼ਨ ਚੋਂ ਕਰੀਏ ਕਿਤੇ। ਵੈਸੇ ਤਾਂ ਤੁਸੀਂ ਦੱਸਤਾ ਵੀ ਤਿਆਰੀ ਤਾਂ ਤੁਹਾਡੇ ਆਲੇ ਦੁਆਲੇ ਨੇ ਸ਼ੁਰੂ ਤੋਂ ਹੀ ਕਰਵਾ ਦੇਣੀ ਹੈ ਜੀ ਜੀ, ਬੇਸਿਕ ਕੀ ਕਹਿਣਾ ਚਾਹੋਗੇ ਮਾਪਿਆਂ ਨੂੰ ਆਖਿਰ 'ਚ ਇੱਕ ਮੈਸੇਜ ਦੇ ਰੂਪ 'ਚ? ਦੇਖੋ, ਵੈਸੇ ਤਾਂ ਇੱਕ ਅੱਛੀ ਗ੍ਰੈਜੂਏਸ਼ਨ ਤੁਹਾਡਾ ਜਿਹੜਾ +2 ਤੋਂ ਬਾਅਦ ਆਪਾਂ ਕੋਈ ਡ੍ਰੀਮ ਸੋਚਿਆ ਹੁੰਦਾ ਕਿ ਆਪਾਂ ਨੋਨ ਮੈਡੀਕਲ ਕਰਨੀ ਹੈ ਜਾਂ ਮੈਡੀਕਲ ਕਰਨੀ ਹੈ ਜਾਂ ਆਪਾਂ ਕੀ ਕਰੀਅਰ ਆਪਸ਼ਨ ਸੋਚੀ ਹੁੰਦੀ ਹੈ, ਉਹ ਚੀਜ਼ ਬੜੀ ਮਾਇਨੇ ਰੱਖਦੀ ਹੈ, ਕਿਉਂਕਿ ਸਿਵਲ ਸਰਵਿਸਿਜ਼ ਹੀ ਸਾਰਾ ਕੁਛ ਨਹੀਂ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮਤਲਬ ਇੰਟਰਨੈਟ ਹੈ, IT ਹੈ, ਸਿਕਿਉਰਿਟੀ ਹੈ, ਰੋਬੋਟਿਕਸ ਹੈ, ਆਰਟੀਫਿਸ਼ਲ ਇੰਟੈਲੀਜੈਂਸ ਹੈ, ਨਵੇਂ ਫੀਲਡਸ ਹੀ ਇੰਨੇ ਖੁੱਲ੍ਹ ਰਹੇ ਨੇ ਕਿ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਇਕੱਲੇ ਸਿਵਲ ਸਰਵਿਸਿਜ਼ ਤੱਕ ਸੀਮਿਤ ਰਹੋ। ਪਰੰਤੂ ਜੇ ਸਿਵਲ ਸਰਵਿਸਿਜ਼ ਦੀ ਤਿਆਰੀ ਤੁਸੀਂ ਕਰਦੇ ਹੋ ਤਾਂ ਤੁਸੀਂ +2 ਤੋਂ ਬਾਅਦ ਇਹ ਗੋਲ ਰੱਖ ਕੇ ਚੱਲ ਸਕਦੇ ਹੋ, ਅਤੇ ਗ੍ਰੈਜੂਏਸ਼ਨ ਦੇ ਵਿੱਚ ਕੁਝ ਸਬਜੈਕਟਸ ਉੱਦਾਂ ਦੇ ਚੂਜ਼ ਕਰਕੇ ਚੱਲੋ ਜਿਹੜੇ ਕਿ ਤੁਹਾਨੂੰ ਸਿਵਲ ਸਰਵਿਸਿਜ਼ 'ਚ ਹੈਲਪ ਕਰ ਸਕਦੇ ਨੇ, ਅਗਰ ਤੁਹਾਡਾ ਗੋਲ ਸਿਵਲ ਸਰਵਿਸਿਜ਼ ਵਿੱਚ ਆਉਣਾ ਹੈਗਾ ਤਾਂ। ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੁਸੀਂ ਟਾਈਮ ਦਿੱਤਾ, ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਇਸ ਗੱਲਬਾਤ ਰਾਹੀਂ ਸੁਣਿਆ ਕਿ ਚਾਹਤ ਹੋਵੇ ਰਾਹ ਆਪੇ ਬਣ ਜਾਂਦੇ। ਲਾਰਸਨ ਜੀ ਨੂੰ ਕਾਲਜ ਜਾਣ ਦਾ ਟਾਈਮ ਨਹੀਂ ਮਿਲਿਆ, ਪਤਾ ਹੀ ਨਹੀਂ ਸੀ, ਜਿਹੜਾ ਆਮ ਪਿੰਡਾਂ ਛੋਟੇ ਕਸਬਿਆਂ 'ਚ ਪਤਾ ਹੁੰਦਾ, ਹਨੇਰਾ ਹੀ ਹੁੰਦਾ ਕਿੱਥੋਂ ਕੋਚਿੰਗ ਲੈਣੀ ਹੈ, ਜੋ ਕਿਸੇ ਨੇ ਪਰਤ ਚਾੜ੍ਹਤੀ ਉਹੋ ਜਿਹੀ ਚੜ੍ਹ ਜਾਂਦੀ ਹੈ। ਉਹਨੀਆਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੇ ਮਿਹਨਤ ਅਤੇ ਜ਼ਿੰਦਗੀ ਨੂੰ ਦੇਖਣ ਦੇ ਨਜ਼ਰੀਏ ਨੂੰ ਇੰਨਾ ਖੂਬਸੂਰਤ ਬਣਾਇਆ ਕਿ ਉਹ ਨਜ਼ਰੀਏ ਨੂੰ ਇਗਜ਼ਾਮ ਦੇ ਪਾਰ ਲੈ ਗਿਆ। ਜ਼ਿੰਦਗੀ, ਜਿਹੜੇ ਮਾਪੇ ਆ ਸਾਡੇ, ਬਜ਼ੁਰਗ ਹੈ, ਦਾਦੇ, ਬਾਪ, ਮਾਵਾਂ, ਚਾਚੀਆਂ, ਤਾਈਆਂ, ਤਜ਼ਰਬੇ ਬੜੇ ਹੈ। ਕਿੱਥੇ ਅਸੀਂ ਨਿੰਬੂ ਦਾ ਬੂਟਾ ਲਾਉਣਾ ਹੈ, ਇਹ ਸਾਨੂੰ ਸਿਕੰਜਵੀ ਪਿਆਰ ਦੇ ਨੌਲੇਜ, ਅਖਬਾਰ ਬਹੁਤ ਵੱਡੀ ਹੈਲਪ ਕਰਦਾ ਹੈ। ਐਵੇਂ ਦਿਲ ਜਿਹੜਾ ਹੈਗਾ ਉਹ ਛੱਡਣ ਦੀ ਲੋੜ ਨਹੀਂ, ਢੇਰੀ ਢਾਹ ਕੇ ਬੈਠਣ ਦੀ ਲੋੜ ਨਹੀਂ, ਸਭ ਚੀਜ਼ਾਂ ਨੂੰ ਟੱਪਿਆ ਜਾ ਸਕਦਾ ਹੈ। ਇਨਸਾਨ ਕੀ ਨਹੀਂ ਕਰ ਸਕਦਾ, ਕਰਨ ਦਾ ਜਜ਼ਬਾ ਹੋਵੇ। ਜੋ ਜ਼ਿਆਦਾ ਫਿਰ ਮਿਲਾਂਗੇ, ਸਤਿ ਸ਼੍ਰੀ ਅਕਾਲ।